ਇਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਕੋਰਸ, ਇੱਕ ਕਲਾਸ, 23 ਸੈਸ਼ਨ ਪੂਰੇ ਹੋ ਚੁੱਕੇ ਨੇ। ਲਗਭਗ 12,000 ਸਟੂਡੈਂਟਸ ਨੇ ਇਹ ਜੋ ਹੈ ਸਾਡੇ ਕੋਰਸ ਕਰ ਚੁੱਕੇ ਨੇ। ਜਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਵੱਲ ਜੁੜਿਆ ਜਾਂ MA ਕਰਕੇ ਹੁਣ PhD ਕਰ ਰਿਹਾ, ਓਨਲੀ ਐਂਡ ਓਨਲੀ ਬਿਕਾਜ਼ ਆਫ ਡਾਕਟਰ ਸਾਹਿਬ, ਡਾਕਟਰ ਜਸਪਾਲ ਸਿੰਘ ਜੀ। ਤੋ ਅਲੀਗੜ੍ਹ ਯੂਨੀਵਰਸਿਟੀ ਤੋਂ MA ਕਰਕੇ ਦਿੱਲੀ ਆਏ, ਦਿੱਲੀ 'ਚ ਸਿੱਖ ਸਿਆਸਤ ਵਿੱਚ ਥੋੜ੍ਹਾ ਜਿਹਾ ਐਂਟਰ ਕੀਤਾ ਸਿੱਖ ਸਿਆਸਤ ਤੋਂ, ਪ੍ਰੋਫੈਸਰ ਖਾਲਸਾ ਕਾਲਜ ਦੇ ਵਿੱਚ। ਉਸ ਤੋਂ ਬਾਅਦ ਬੜੀ ਮਾਣ ਵਾਲੀ ਗੱਲਾਂ ਨੇ ਜਿਹੜੀਆਂ ਮੈਂ ਦੱਸ ਰਿਹਾ ਕਿ ਗੌਰਮੈਂਟ ਆਫ ਇੰਡੀਆ ਵੱਲੋਂ ਅੰਬੈਸਡਰ ਬਣ ਕੇ ਗਏ ਮੁਜ਼ਾਂਬਿਕ ਵਿੱਚ, ਉੱਥੇ 4-1 ਸਾਲ ਰਹੇ, ਫਿਰ ਉਸ ਤੋਂ ਬਾਅਦ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਜਿਹੜੇ ਪੁਰਾਣੇ ਕਿਸੇ ਨੇ ਦੇਖਿਆ ਹੋਵੇ ਤਾਂ ਟੀਨਾ ਦਾ ਸ਼ੈੱਡ ਟਾਈਪ ਸੀ, ਡਾਕਟਰ ਸਾਹਿਬ ਉੱਥੋਂ ਦੇ ਪ੍ਰਿੰਸੀਪਲ ਬਣੇ। ਔਰ ਵਿਦ ਇਨ 2 or 3 ਈਅਰਸ ਮੈਂ ਦਾਅਵੇ ਨਾਲ ਕਹਿੰਦਾ ਕਿ ਅੱਜ ਦਿੱਲੀ ਦਾ ਬਹੁਤ ਬਹੁਤ ਖੂਬਸੂਰਤ ਕਾਲਜ, ਚਾਹੇ ਤੁਸੀਂ ਉੱਥੇ ਕਦੀ ਵਿਜ਼ਿਟ ਕਰੋ ਅਤੇ ਉੱਥੋਂ ਦਾ ਗੁਰਦੁਆਰਾ ਦੇਖੋ, ਉੱਥੋਂ ਦੀ ਆਰਕੀਟੈਕਚਰ ਗੁਰਦੁਆਰੇ ਦੀ। ਇੱਕ ਮੈਗਜ਼ੀਨ ਦੇ ਵਿੱਚ ਮੈਂ ਪੜ੍ਹਿਆ ਆਰਟੀਕਲ ਕਿ ਇੱਕ ਆਈਡੀਅਲ ਗੁਰਦੁਆਰਾ ਕਿਹੋ ਜਿਹਾ ਹੋਣਾ ਚਾਹੀਦਾ, ਅਤੇ ਉਸਨੇ 2-3 ਗੁਰਦੁਆਰਿਆਂ ਦੇ ਨਾਂ ਲਿਖੇ ਜਿਹਦੇ ਵਿੱਚ ਇੱਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦਾ ਸੀ। ਤੋ ਮੈਂ ਬੜੇ ਮਾਣ ਨਾਲ, ਮੈਨੂੰ ਖੁਸ਼ੀ ਹੋਈ, ਮੈਂ ਡਾਕਟਰ ਸਾਹਿਬ ਨੂੰ ਵੀ ਉਹ ਮੈਗਜ਼ੀਨ ਦਿਖਾਇਆ ਅਤੇ ਦੱਸਿਆ। ਜਾਂ ਪੂਰਾ ਕਾਲਜ ਦਾ ਸਿਸਟਮ, ਔਰ ਵਨ ਆਫ ਦਾ ਬੈਸਟ ਕਾਲਜ ਹੈ ਜੇ ਮੈਰਿਟ ਲਿਸਟ ਵਿੱਚ ਦੇਖਿਆ ਜਾਏ ਅਕੈਡਮਿਕ ਵਾਈਜ਼। ਔਰ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, 8-9 ਸਾਲ ਹੋ ਗਏ ਨੇ ਹੁਣੇ ਹੁਣੇ, ਇਹਨਾਂ ਨੂੰ 3 ਸਾਲ ਦੀ ਐਕਸਟੈਂਸ਼ਨ ਹੋਰ ਦਿੱਤੀ ਹੈ, ਇਹ ਵੀ ਇੱਕ ਸ਼ਾਇਦ ਰਿਕਾਰਡ ਬਣ ਜਾਏਗਾ ਗਿਨੀਜ਼ ਬੁੱਕ ਦਾ। ਪੰਜਾਬ ਦੇ ਵਿੱਚ ਵਾਈਸ ਚਾਂਸਲਰ ਹੁੰਦੇ ਹੋਏ ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਾਂ ਕਿ ਜਿਹੜਾ ਰਿਲੀਜੀਅਸ ਡਿਪਾਰਟਮੈਂਟ ਹੈ ਉਸ ਦੇ ਵਿੱਚ ਬਹੁਤ ਵੱਡਾ ਚੇਂਜ ਡਾਕਟਰ ਸਾਹਿਬ ਕਰਕੇ ਆਇਆ। ਅਸੀਂ ਇੱਥੇ ਅੱਜ ਗੁਰਮੁਖ ਕਾਲਜ ਬੜੀ ਕਾਮਯਾਬੀ ਨਾਲ ਚਲਾ ਰਹੇ ਹਾਂ। ਜਾਂ ਇੱਥੋਂ ਦੇਖੋ ਮੈਟਰੋ ਸਿਟੀ ਵਰਗੇ, ਦਿੱਲੀ ਵਰਗੇ ਸ਼ਹਿਰ ਦੇ ਵਿੱਚ 50-50 ਸਟੂਡੈਂਟ MA ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸਟੱਡੀ 'ਤੇ ਕਰਦੇ, ਉਹਨੇ ਬੜੀ ਵੱਡੀ ਗੱਲ ਹੈ। ਉਹ ਸਿਰਫ ਇਸ ਲਈ ਕਿ ਯੂਨੀਵਰਸਿਟੀ ਨੇ ਸਾਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਦਿੱਤੀਆਂ, ਜਾਂ ਇਹ ਕੋਰਸ ਜਿਹੜਾ ਚੱਲ ਰਿਹਾ ਇਹਦੇ 'ਚ ਵੀ ਬੜਾ ਵੱਡਾ ਜਿਹੜਾ ਇਹਨਾਂ ਦੀ ਫਿਰਾਕ ਦਿੱਲੀ ਔਰ ਇਹਨਾਂ ਦਾ ਸਹਿਯੋਗ ਹੈ। ਔਰ ਫਿਰ ਮੈਂ ਕਹਾਂ ਤਾਂ ਜੋ ਪੰਜਾਬੀ ਭਾਸ਼ਾ ਦੇ ਵਿੱਚ ਜੋ ਪ੍ਰਮੋਸ਼ਨ ਪਿਛਲੇ 8-9 ਸਾਲਾਂ ਵਿੱਚ ਹੋਈ ਹੈ ਆਲ ਓਵਰ ਇੰਡੀਆ, ਮੈਂ ਕਹਿ ਸਕਦਾ ਕਿ ਚਾਹੇ ਉਹ ਜੈਪੁਰ ਹੈ, ਚਾਹੇ ਕਾਨਪੁਰ ਹੈ, ਚਾਹੇ ਕਲਕੱਤਾ ਹੈ ਬੰਗਾਲ ਦੇ ਵਿੱਚ, ਚਾਹੇ ਮਹਾਰਾਸ਼ਟਰਾ ਦੇ ਵਿੱਚ, ਹਰ ਸਾਲ ਇੱਕ ਪੰਜਾਬੀ ਕਾਨਫਰੰਸ ਇਹ ਸਾਰੇ ਆਲ ਓਵਰ ਇੰਡੀਆ ਅਲੱਗ ਅਲੱਗ ਥਾਵਾਂ 'ਤੇ ਕੀਤੀ। ਇੱਕ ਦਿੱਲੀ ਵੀ ਇਹਨਾਂ ਦੇ ਏਜੰਡੇ 'ਚ ਆਉਣੀ ਹੈਗੀ, ਕਿਉਂਕਿ ਦਿੱਲੀ 'ਚ ਥੋੜ੍ਹੀ ਬਹੁਤ ਪੰਜਾਬੀ ਠੀਕ ਹੈ, ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਰਾਜ ਭਾਸ਼ਾ ਵੀ ਪੰਜਾਬੀ ਬਣੀ, ਉਹ ਵੀ ਇਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ ਸਹਿਯੋਗ ਹੈ। ਹੁਣ ਵੀ ਸ਼ਾਇਦ 2-4-5 ਦਿਨਾਂ 'ਚ ਪੰਜਾਬੀ ਕਾਨਫਰੰਸ ਪਟਿਆਲੇ ਵਿੱਚ ਆਉਣ ਜਾ ਰਹੀ ਹੈ। ਤੋ ਡਾਕਟਰ ਸਾਹਿਬ ਨੂੰ ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਚਾਹੁੰਦਾ ਤਾਂ ਮੈਂ ਬੜੇ ਪਹਿਲੇ ਸੀ ਇਹਨਾਂ ਨੂੰ ਬੁਲਾਉਣਾ ਵੀ ਕਿਸੇ ਖਾਸ ਟੋਪਿਕ ਦੇ ਉੱਤੇ ਡਾਕਟਰ ਸਾਹਿਬ ਨੂੰ ਕਹਾਂ ਮੈਂ ਲੈਕਚਰ ਕਰਨ ਇਹ, ਕਿਉਂਕਿ ਇਹਨਾਂ ਦੀ PhD ਜਿਹੜੀ ਹੈ ਉਹ ਹੈ ਕੰਸੈਪਟ ਆਫ ਸਟੇਟ ਇਨ ਗੁਰੂ ਗ੍ਰੰਥ ਸਾਹਿਬ, ਰਾਜ ਦਾ ਸੰਕਲਪ, ਰਾਜ ਦੇ ਸੰਕਲਪ 'ਤੇ ਡਾਕਟਰ ਸਾਹਿਬ ਇੱਥੇ ਆ ਕੇ ਕਈ ਵਾਰੀ ਇਹ ਲੈਕਚਰ ਕਰ ਚੁੱਕੇ ਨੇ। ਤਾਂ ਮੈਂ ਅੱਜ ਕੋਈ ਟੋਪਿਕ ਨਹੀਂ ਰੱਖਿਆ, ਮੈਂ ਤਾਂ ਇਹ ਹੈ ਕਿ ਇਸ ਇੰਨਾ ਵੱਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਹੈ ਸਮੁੰਦਰ, ਮੈਂ ਡਾਕਟਰ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਗਾਗਰ ਦੇ ਵਿੱਚ ਪਾ ਕੇ ਅੱਜ ਸਾਡੇ ਜੋ ਹੈ ਇਸ ਕੋਰਸ ਦੇ ਵਿੱਚ ਲਾਸਟ ਕਲਾਸ ਹੈ, ਕਿਉਂਕਿ ਇਸ ਵਿੱਚ ਡਾਕਟਰ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ 'ਤੇ ਕੋਈ ਵੀ ਟੋਪਿਕ ਜਿਹੜਾ ਤੁਸੀਂ ਠੀਕ ਸਮਝਦੇ ਹੋ ਤੁਸੀਂ ਅੱਜ ਉਹ ਕਰੋ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਸਾਹਿਬ ਆਓ ਅਤੇ ਜਦੋਂ ਤਾਰੀਫ ਹੋ ਰਹੀ ਹੁੰਦੀ ਹੈ ਦਿਲ ਕਰਦਾ ਉਹੀ ਉਹ ਬੰਦਾ ਬੋਲਦਾ ਰਹੇ ਜਿਹੜਾ ਤਾਰੀਫ ਕਰ ਰਿਹਾ। ਜ਼ਿਆਦਾ ਤਾਰੀਫ ਕਰਤੀ ਹਰਿੰਦਰਪਾਲ ਸਿੰਘ ਜੀ ਨੇ, ਪਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਜਿਹੜਾ ਸੁਪਨਾ ਕਿਸੇ ਵੇਲੇ ਸ਼ਾਇਦ 1995 ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੈਠ ਕੇ ਅਸੀਂ ਫੈਸਲਾ ਕੀਤਾ ਸੀ ਕਿ ਕੋਈ ਇਸ ਤਰ੍ਹਾਂ ਦਾ ਕੋਰਸ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਧਾ ਰਾਬਤਾ ਕਾਇਮ ਹੋਵੇ, ਇਹੋ ਜਿਹਾ ਕੋਈ ਕੋਰਸ ਡਿਜ਼ਾਈਨ ਕੀਤਾ ਜਾਵੇ, ਉਸਨੂੰ ਚਲਾਇਆ ਜਾਵੇ। ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਵਿਚਾਰ ਜਿਹੜਾ ਹੈ ਉਸਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਹਰਿੰਦਰਪਾਲ ਸਿੰਘ ਹੋਰਾਂ ਨੇ ਔਰ ਤੁਸੀਂ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਹਿੱਸਾ ਪਾਇਆ।
ਬਹੁਤ ਰੀਝ ਨਾਲ ਇਹ ਵਿਚਾਰਾਂ ਇੱਥੇ ਹੋਈਆਂ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਸਨ ਕਿ ਸ਼ਾਇਦ ਇੱਕ ਐਸੀ ਲਹਿਰ ਚੱਲ ਪਵੇ ਕਿ ਲੋਕ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ, ਉਹਦੇ ਸੰਦੇਸ਼ ਨਾਲ, ਉਹਦੇ ਵਿੱਚ ਜਿਹੜਾ ਸਮੋਇਆ ਹੋਇਆ ਸੰਕਲਪ ਨੇ, ਉਹਦੇ ਸਿਧਾਂਤ ਨੇ, ਉਹਨਾਂ ਦੇ ਨਾਲ ਸਿੱਧਾ ਰਿਸ਼ਤਾ ਬਣ ਸਕੇ। ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਗੱਲ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਇੱਥੇ ਪੂਰੀ ਹੋਈ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕ ਦਿੰਦਾ। ਮੈਂ ਸੋਚ ਰਿਹਾ ਸੀ ਕਿ ਕਿਸ ਵਿਸ਼ੇ 'ਤੇ ਬੋਲਾਂ, ਔਰ ਤੁਸੀਂ ਖੁਦ ਇੰਨੇ ਸਿਆਣੇ ਹੋ, ਗੁਰੂ ਗ੍ਰੰਥ ਸਾਹਿਬ ਬਾਰੇ ਰੋਜ਼ ਲੈਕਚਰ ਸੁਣਦੇ ਹੋ, ਕਿਸੇ ਨਾ ਕਿਸੇ ਪੱਖ 'ਤੇ ਕੋਈ ਨਾ ਕੋਈ ਵਿਦਵਾਨ ਸੱਜਣ ਆ ਕੇ ਆਪਣੇ ਵਿਚਾਰ ਦਿੰਦਾ, ਸ਼ਾਇਦ ਤੁਸੀਂ ਬਹੁਤ ਕੁਛ ਗੁਰੂ ਗ੍ਰੰਥ ਸਾਹਿਬ ਬਾਰੇ ਜਾਣ ਚੁੱਕੇ ਹੋਵੋਗੇ। ਮੈਂ ਸੋਚਿਆ ਕਿ ਇੱਕ ਨੁਕਤਾ ਮੇਰੇ ਜ਼ਿਹਨ ਵਿੱਚ ਬਹੁਤ ਦੇਰ ਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸੰਦੇਸ਼ ਹੈ, ਬਾਣੀ ਹੈ, ਉਹ ਕਿਸੇ ਹਿਸਾਬ ਨਾਲ ਮੈਂ ਮੰਨਦਾ ਕਿ ਪਲੂਰਲਿਸਟਿਕ ਹੈ, ਬਹੁਵਾਦੀ ਹੈ। ਉਸੇ ਗੱਲ 'ਤੇ ਮੈਂ ਥੋੜ੍ਹਾ ਜਿਹਾ ਅੱਜ ਵਿਸਤਾਰ ਕਰਨਾ ਚਾਹਾਂਗਾ। ਪਹਿਲੀ ਗੱਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਖੂਬਸੂਰਤੀ ਜਿਹੜੀ ਹੈ, ਸਾਰੀ ਦੁਨੀਆ ਦੀ, ਕਾਇਨਾਤ ਦੀ ਖੂਬਸੂਰਤੀ ਜਿਹੜੀ ਹੈ, ਉਹ ਵੰਨਸੁਵੰਨਤਾ ਹੈ, ਉਹ ਡਾਈਵਰਸਿਟੀ ਹੈ, ਉਹ ਬਹੁਵਾਦ ਹੈ, ਉਹ ਪਲੂਰਿਲਿਟੀ ਹੈ, ਪਲੂਰਲਿਜ਼ਮ ਹੈ। ਜਿਹੜੀ ਵੰਨਸੁਵੰਨਤਾ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਫਿਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਹੈ, ਉਹ ਵੀ ਵੰਨਸੁਵੰਨਤਾ ਹੈ, ਉਹ ਵੀ ਪਲੂਰਲਿਜ਼ਮ ਹੈ, ਉਹ ਵੀ ਡਾਈਵਰਸਿਟੀ ਹੈ। ਔਰ ਇਹ ਇੱਕ ਹਕੀਕਤ ਹੈ, ਇਸ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਫਿਰ ਮੈਂ ਇਹ ਵੀ ਮੰਨਦਾ ਕਿ ਕੋਈ ਸਮਾਜ, ਕੋਈ ਦੇਸ਼, ਕੋਈ ਸਮੂਹ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਹ ਪਲੂਰਲਿਜ਼ਮ 'ਚ ਵਿਸ਼ਵਾਸ ਨਹੀਂ ਕਰਦਾ, ਉਹ ਵੰਨਸੁਵੰਨਤਾ 'ਚ ਵਿਸ਼ਵਾਸ ਨਹੀਂ ਕਰਦਾ। ਕੋਈ ਸਮਾਜ, ਕੋਈ ਦੇਸ਼, ਕੋਈ ਸਮੂਹ ਤਰੱਕੀ ਨਹੀਂ ਕਰ ਸਕਦਾ, ਕੋਈ ਕੌਮ ਤਰੱਕੀ ਨਹੀਂ ਕਰ ਸਕਦੀ। ਐਬਸੋਲੂਟ ਟਰਮਸ ਵਿੱਚ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਮੈਂ ਪਲੂਰਲਿਸਟਿਕ ਹਾਂ, ਜੇ ਮੈਂ ਵੰਨਸੁਵੰਨਤਾ 'ਚ ਵਿਸ਼ਵਾਸ ਰੱਖਦਾ, ਤਾਂ ਉਸਦਾ ਸਿੱਧਾ ਅਰਥ ਇਹ ਹੈ ਕਿ ਮੈਂ ਤਰੱਕੀ 'ਚ ਵਿਸ਼ਵਾਸ ਰੱਖਦਾ, ਮੈਂ ਅਗਾਂਹ ਵਧਣਾ ਚਾਹੁੰਦਾ। ਇਹ ਪ੍ਰਪੋਜੀਸ਼ਨ ਨੂੰ ਸੋਚਣ ਦੀ ਲੋੜ ਹੈ। ਮੈਂ ਕਈ ਵਾਰ ਇਹ ਵੀ ਸੋਚਦਾ ਕਿ ਪੀਸ ਜਿਹੜੀ ਹੈ, ਸ਼ਾਂਤੀ ਜਿਹੜੀ ਹੈ, ਉਹ ਤਾਂ ਅਚੀਵ ਕੀਤੀ ਜਾ ਸਕਦੀ ਹੈ ਜੇ ਮੇਰਾ ਵਿਊ ਪੁਆਇੰਟ ਪਲੂਰਲਿਸਟਿਕ ਹੋਵੇ, ਜੇ ਮੇਰੀ ਸੋਚ ਪਲੂਰਲਿਸਟਿਕ ਹੋਵੇ, ਜੇ ਮੇਰੀ ਸੋਚ ਵੰਨਸੁਵੰਨਤਾ ਵਾਲੀ ਹੋਵੇ, ਬਹੁਵਾਦੀ ਹੋਵੇ, ਬਹੁਲਵਾਦੀ ਹੋਵੇ, ਜੋ ਵੀ ਕਹਿ ਲਈਏ, ਤਾਂ ਮੈਂ ਪੀਸ ਅਚੀਵ ਕਰ ਸਕਦਾ, ਸ਼ਾਂਤੀ ਅਚੀਵ ਕੀਤੀ ਜਾ ਸਕਦੀ। ਮੈਂ ਇਹ ਵੀ ਕਹਿ ਸਕਦਾ ਕਿ ਪੀਸ ਤੋਂ ਬਿਨਾਂ ਪ੍ਰੋਗਰੈਸ ਨਹੀਂ ਹੁੰਦੀ, ਤਰੱਕੀ ਨਹੀਂ ਹੋ ਸਕਦੀ। ਅਤੇ ਇਹਦਾ ਅਰਥ ਇਹ ਹੋ ਗਿਆ ਕਿ ਜੇ ਮੈਂ ਪਲੂਰਲਿਜ਼ਮ 'ਚ ਵਿਸ਼ਵਾਸ ਕਰਦਾ ਤਾਂ ਮੈਂ ਤਰੱਕੀ ਦੀ ਰਾਹ 'ਤੇ ਤੁਰ ਰਿਹਾ ਹੁੰਦਾ, ਔਰ ਜੇ ਮੈਂ ਪਲੂਰਲਿਜ਼ਮ 'ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਪਲੂਰਲਿਜ਼ਮ ਦੀ ਰਾਖੀ ਨਹੀਂ ਕਰਦਾ, ਮੈਂ ਪਲੂਰਲਿਜ਼ਮ ਨੂੰ ਉਹਦੇ ਪ੍ਰਚਾਰ ਪ੍ਰਸਾਰ, ਉਹਦੀ ਸਾਂਭ ਸੰਭਾਲ ਵਾਸਤੇ ਕੰਮ ਨਹੀਂ ਕਰਦਾ, ਤਾਂ ਮੈਂ ਪ੍ਰੋਗਰੈਸ ਦੀ, ਤਰੱਕੀ ਦੀ ਰਾਹ 'ਤੇ ਨਹੀਂ ਚੱਲ ਸਕਦਾ। ਵਰਲਡ ਪੀਸ ਦੀ ਬੜੀ ਗੱਲ ਹੈ, ਔਰ ਅੱਜ ਕੱਲ੍ਹ ਬਹੁਤ ਚਰਚਾ ਹੋ ਰਹੀ ਹੈ ਕਿ ਦੁਨੀਆ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਦੁਨੀਆ ਤਾਂ ਹੀ ਅੱਗੇ ਵੱਧ ਸਕਦੀ ਹੈ ਜੇ ਦੁਨੀਆ ਵਿੱਚ ਸ਼ਾਂਤੀ ਹੋਵੇ। ਔਰ ਸ਼ਾਂਤੀ ਦਾ, ਪੀਸ ਦਾ, ਪ੍ਰੋਗਰੈਸ ਦਾ ਜਿਹੜਾ ਸਭ ਤੋਂ ਵੱਡਾ ਸਾਧਨ ਹੈ, ਉਹ ਪਲੂਰਲਿਜ਼ਮ ਹੈ, ਉਹ ਬਹੁਵਾਦ ਹੈ, ਡਾਈਵਰਸਿਟੀ 'ਚ ਵਿਸ਼ਵਾਸ ਕਰਨਾ। ਪਲੂਰਲਿਜ਼ਮ ਦੀ ਸਿਹਤ ਕਿੱਦਾਂ ਹੈ, ਪਲੂਰਲਿਜ਼ਮ ਦੀ ਸਿਹਤ ਕਿੱਦਾਂ ਹੈ, ਉਸ 'ਤੇ ਮੁਨਸਰ ਕਰਦੀ ਹੈ ਸਾਰੀ ਮਨੁੱਖਤਾ ਦੀ ਸਿਹਤ, ਉਸ 'ਤੇ ਮੁਨਸਰ ਕਰਦੀ ਹੈ ਸਮਾਜ ਦੀ ਸਿਹਤ। ਜੇ ਪਲੂਰਲਿਜ਼ਮ ਦੀ ਸਿਹਤ ਮੇਰੇ ਇਸ ਦੇਸ਼ ਵਿੱਚ, ਮੇਰੇ ਸਮਾਜ ਵਿੱਚ ਚੰਗੀ ਹੈ, ਤਾਂ ਸੱਚ ਜਾਣੋ ਕਿ ਮੇਰੇ ਦੇਸ਼ ਦੀ ਸਿਹਤ ਵੀ ਚੰਗੀ ਹੈ, ਫਿਰ ਮੇਰੇ ਸਮਾਜ ਦੀ ਸਿਹਤ ਚੰਗੀ ਹੈ। ਇਸ ਤਰ੍ਹਾਂ ਦੇ ਕੁਝ ਆਈਡੀਆਜ਼ ਮੇਰੇ ਮਨ 'ਚ ਜਿਹੜੇ ਨੇ, ਉਹ ਇੱਕ ਬਹੁਤ ਖੂਬਸੂਰਤ ਸ਼ੇਰ ਹੈ, ਉਹ ਕਹਿੰਦੇ ਨੇ ਕਿ ਚਮਨ ਮੇਂ
इख्तिलाते रंगो बू से बात बनती है, चमन में इख्तिलाते रंगो बू से प्लूरलिज्म नाल, तरह तरह दी रंगो बू, हर किस्म दा रंग होवे, हर किस्म दी खुशबू होवे, सो चमन में इख्तिलाते वख वख इख्तिलाते रंगो बू से बात बनती है, हम ही हम हैं तो क्या हम हैं, और तुम ही तुम हो तो क्या तुम हो, फिर कोई गल नहीं बनती। जे मैं दुनिया की खूबसूरती जिहड़ी है, वन सुवंता जिहड़ी है, प्लूरलिस्टी जिहड़ी है, जे वो है तां गल बनती है। चमन में इख्तिलाते रंगो बू से बात बनती है, हम ही हम हैं, अद्धी दुनिया तो इसे झगड़े च पई कि मैं ही मैं आ, और फिर दूजा कहिंदा तू कुछ भी नहीं हैगा, मैं ही मैं आ, बस इस सारी सारी एनर्जी जिहड़ी है वह दुनिया की खत्म हो रही है। तो सब तो वड्डा जिहड़ा नुकता मेरे जहन विच है वो वन सुवंता बारे है, प्लूरलिटी बारे। मैं गुरु ग्रंथ साहब ते आउंदा हूँ, सच जानना कि गुरु ग्रंथ साहब की बाणी वन सुवंता वाली बाणी है। गुरु ग्रंथ साहब की बाणी वन सुवंता की गल करती है, प्लूरलिटी की गल करती है, डाइवर्सिटी की गल करती है। गुरु ग्रंथ साहब की बाणी प्लूरलिटी की, वन सुवंता की, डाइवर्सिटी की तरफदारी करती है, वकालत करती है। बार बार मैं गुरु ग्रंथ साहब पढ़दा तो मैं ये लगता है कि गुरु ग्रंथ साहब की बाणी मुदई है, वकालत करती है वन सुवंता की, प्लूरलिटी की, डाइवर्सिटी की वजाहत करती है गुरु ग्रंथ साहब की बाणी। सच जानना पन्ने पन्ने ते, पन्ने पन्ने ते मनु गुरु ग्रंथ साहब वकालत करता नज़र आउंदा है, गुरु ग्रंथ साहब की बाणी वकालत करती नज़र आउंदी है, मुद्दई बनी हुई नज़र आउंदी है, वजाहत करती नज़र आउंदी है, किस चीज़ की, प्लूरलिटी की, वन सुवंता की, डाइवर्सिटी की। और बड़ी खूबसूरती नाल, जे मैं तुहानू कुछ उदाहरण दसांगा, बड़ी खूबसूरती नाल गुरु ग्रंथ साहब चर्चा करती है, बाणी उहदी चर्चा करती है, वन सुवंता की खूबसूरती की उसकी चर्चा करती है। वन सुवंता की गुरु ग्रंथ साहब बाणी प्रशंसा करती मैनू नज़र आउंदी है बहुत थावां ते, जिहड़ी डाइवर्सिटी है उसकी प्रशंसा करती नज़र आउंदी है, उसनू उसकी महिमा करती नज़र आउंदी है, उसनू ग्लोरीफाई करती नज़र आउंदी है गुरु ग्रंथ साहब की बाणी, उसनू वड्याउंदी नज़र आउंदी है गुरु ग्रंथ साहब की बाणी। पन्ने पन्ने ते गुरु ग्रंथ साहब के हर अंक ते मैनू लगता है किसी ना किसी बहाने बार बार गुरु ग्रंथ साहब की बाणी जिहड़ी है। गुरु ग्रंथ साहब नू गुरु पद प्राप्त है, धर्मां दी दुनिया विच, धर्म ग्रंथां दी दुनिया विच गुरु ग्रंथ साहब दा नवेकला मुकाम है, असी सारे जानते हैं गुरु पद प्राप्त है उसनू। पर नाल ही उहदी बहुत वड्डी खूबसूरती है जिहड़ी मैं फिर कहना चाहुंदा कि गुरु ग्रंथ साहब की बाणी दा सुभा, अप्रोच, नेचर गुरु ग्रंथ साहब की बाणी की बहुलवादी है, वह प्लूरलिस्टिक है। जदों मैं बाणी नू पढ़दा तो बार बार मनू ये गल साफ हुंदी नज़र आउंदी है। मैं पता नहीं कह सकता कि नहीं कह सकता कि मनू तो कई बार लगता है कि गुरु ग्रंथ साहब स्क्रिप्चर ऑफ प्लूरलिज्म है, वो प्लूरलिज्म का ग्रंथ है गुरु ग्रंथ साहब, जिहड़ा मेरा गुरु है, जिसनू गुरु ग्रंथ, जिसनू गुरु पद प्राप्त है। दो चार उदाहरण देना चाहवांगा बाणी चो। राती रुती थिती वार, पौन पानी अग्नि पाताल, तिस विच धरती था परखी धर्मसाल, तिस विच जी जुगत के रंग, तिनके नाम अनेक अनंत, करमी करमी होए विचार, सचाप सच्चा दरबार। बहुत ही तफसील करन दी लोड़ नहीं, कितनी खूबसूरत तरीके नाल गुरु ग्रंथ साहब की बाणी प्लूरलिटी नू दर्ज कर रही है, दुनिया की प्लूरलिटी नू दर्ज कर रही है, उसकी वन सुवंता नू, उसकी खूबसूरती नू दर्ज करती नज़र आउंदी है। गुरु ग्रंथ साहब की बाणी जे होर थां ते सोई सोई सदा सच साहेब, साचा साची नाई, है बी होसी जाय न जासी, रचना जिन रचाई, रंगी रंगी पाती,
ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਗਲੋਰੀਫਾਈ ਕਰਦੀ ਪਲੂਰਲਿਟੀ ਨੂੰ ਪਲੂਰਲਿਜ਼ਮ ਨੂੰ ਗਲੋਰੀਫਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਨੂੰ ਨਜ਼ਰ ਆਉਂਦੀ ਮੈਂ ਅਰਥਾਂ ਵੱਲ ਨਹੀਂ ਜਾਵਾਂਗਾ ਤੁਸੀਂ ਆਪ ਸਮਝਦਾਰ ਕੇਤਿਆ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਕਿੰਨੇ ਤੇਰੇ ਰੂਪ ਰੰਗ ਨੇ ਕਿੰਨੇ ਜਾਤ ਅਜਾਤ ਨੇ ਮੈਨੂੰ ਬਾਣੀ ਪ੍ਰਸ਼ੰਸਾ ਕਰਦੀ ਵਜ਼ਾਹਤ ਕਰਦੀ ਜਿਹੜੀ ਪਲੂਰਲਿਟੀ ਹੈ ਦੁਨੀਆ ਦੀ ਖੂਬਸੂਰਤੀ ਹੈ ਮੈਂ ਉਹਨੂੰ ਪਹਿਲਾਂ ਕਹਿ ਚੁੱਕਾ ਕਿ ਮੇਰੇ ਲਿਹਾਜ਼ ਨਾਲ ਗੁਰੂ ਗ੍ਰੰਥ ਦੁਨੀਆ ਜਿਹੜੀ ਹੈ ਉਸਦੀ ਸਭ ਤੋਂ ਵੱਡੀ ਖੂਬਸੂਰਤੀ ਔਰ ਸਭ ਤੋਂ ਵੱਡੀ ਤਾਕਤ ਉਸਦੀ ਪਲੂਰਲਿਟੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਨੂੰ ਵਾਰ ਵਾਰ ਇਹ ਸੰਦੇਸ਼ ਹੋਰ ਤਰ੍ਹਾਂ ਵੀ ਸੰਦੇਸ਼ ਮਿਲਦਾ ਮਾਟੀ ਏਕ ਅਨੇਕ ਪਾਂਤ ਕਰ ਸਾਜੀ ਸਾਜਣ ਹਾਰੇ ਨਾ ਕੁਛ ਪੋਚ ਮਾਟੀ ਕੇ ਪਾਂਡੇ ਨਾ ਕੁਛ ਪੋਚ ਕੁਮਾਰੇ ਮਿੱਟੀ ਤਾਂ ਇੱਕ ਹੈ ਪਰ ਭਾਂਤ 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 ਨਾਲ ਉਸਨੂੰ ਸਿਰਜ ਦਿੱਤਾ ਗਿਆ ਔਰ ਫਿਰ ਉਹ ਵੰਨ ਸੁਵੰਨਤਾ ਅਸੀਂ ਸਾਰੀ ਦੁਨੀਆ ਦੇਖ ਰਹੇ ਹਾਂ ਮਾਟੀ ਏਕ ਪੇਖ ਤਰਨਾਨਾ ਤਾਂ ਮੈਂ ਬ੍ਰਹਮ ਪਛਾਣਾ ਕਹਿ ਕਬੀਰ ਪੇਸਤ ਛੋੜ ਕਰ ਦੋਜਕ ਸਿਉਂ ਮਨਮਾਨਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਾਰਮਿਕ ਤੌਰ 'ਤੇ ਅਗਰ ਮੈਂ ਬਾਣੀ ਨੂੰ ਜਦੋਂ ਅਧਿਐਨ ਕਰਦਾ ਤਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ ਕਿਆ ਖੂਬਸੂਰਤ ਰਚਨਾ ਹੈ ਗੁਰੂ ਗ੍ਰੰਥ ਸਾਹਿਬ ਮਨੂ ਤਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਅੱਲਾ ਕਹਿ ਲੈ ਰਾਮ ਕਹਿ ਲੈ ਤੂੰ ਬਹਿਸ਼ਤ ਦੀ ਗੱਲ ਕਰ ਲੈ ਤੂੰ ਸਵਰਗ ਦੀ ਗੱਲ ਕਰ ਲੈ ਮੇਰੇ ਵਾਸਤੇ ਕੋਈ ਫਰਕ ਨਹੀਂ ਹੈ ਇਹ ਦੁਨੀਆ ਦੀ ਜਿਹੜੀ ਵੰਨ ਸੁਵੰਨਤਾ ਹੈ ਮੈਂ ਉਹਨੂੰ ਐਪਰੀਸ਼ੀਏਟ ਕਰ ਰਿਹਾ ਇੱਕ ਬਹੁਤ ਖੂਬਸੂਰਤ ਪੰਕਤੀ ਹੈ ਔਰ ਉਹਦੇ 'ਚ ਬਹੁਤ ਵੱਡੀ ਫਿਲੋਸਫੀ ਹੈ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਦੇਖੋ ਕਿਆ ਖੂਬਸੂਰਤ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਕਦੀ ਆਪਾਂ ਦੇਖਿਆ ਕਿ ਆਪਾਂ ਸਾਰੇ ਕਿੰਨੇ ਬੈਠੇ ਹਾਂ ਕੋਈ ਕਿਸੇ ਨਾਲ ਮਿਲਦਾ ਪਿਆ ਨਹੀਂ ਮਿਲਦਾ ਥੋੜ੍ਹਾ ਥੋੜ੍ਹਾ ਕਹਿ ਦਿੰਦੇ ਯਾਰ ਤੇਰਾ ਨਾ ਉਹਦੇ ਨਾਲ ਜਰਾ ਜਰਾ ਮਿਲਦਾ ਪਰ ਇਹ ਵਾਕ ਇੱਕ ਸੰਕਲਪ ਦਿੰਦਾ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਕੋਈ ਦੂਜਾ ਜਿਹੜਾ ਹੈ ਇਹ ਨਹੀਂ ਕਹਿ ਸਕਦਾ ਕਿ ਬਿਲਕੁਲ ਮੇਰੇ ਵਰਗੇ ਸੁਭਾਅ ਵਾਲਾ ਮੇਰੇ ਵਰਗੇ ਨੈਣ ਨਕਸ਼ ਵਾਲਾ ਮੇਰੇ ਵਰਗੀ ਵਿਰਾਸਤ ਵਾਲਾ ਮੇਰੇ ਵਰਗੇ ਪਰਿਵਾਰ ਵਾਲਾ ਨਹੀਂ ਕੋਈ ਵੀ ਇੱਕ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪਲੂਰਲਿਟੀ ਦੀ ਵਜ਼ਾਹਤ ਹੈ ਬਹੁਤ ਕੁਛ ਹੋਰ ਕਹਿ ਸਕਦਾ ਮੇਰੇ ਦਿਲ ਦੇ ਕਰੀਬ ਬਹੁਤ ਇੱਕ ਸੁੰਦਰ ਵਾਕ ਹਮੇਸ਼ਾ ਰਹਿੰਦਾ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਧਾਰਮਿਕ ਤੌਰ 'ਤੇ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਸਲਾਹੇ ਏਕ ਸਹਿ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਊਂ ਜੇਤੇ ਤੇਰੇ ਨਾਮ ਮੈਂ ਸਾਰੀ ਦੁਨੀਆ ਦੇਖਦਾ ਕੋਈ ਤੈਨੂੰ ਕਿਸੇ ਨਾਂ ਨਾਲ ਲਿਆ ਕੋਈ ਦਿਆਲੂ ਕਹਿੰਦਾ ਹੈ ਕੋਈ ਕਿਰਪਾਲੂ ਕਹਿੰਦਾ ਹੈ ਕੋਈ ਸਾਹਿਬ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਕੋਈ ਰਹੀਮ ਕਹਿੰਦਾ ਹੈ ਕੋਈ ਅੱਲਾ ਕਹਿੰਦਾ ਹੈ ਕੋਈ ਕਿਸੇ ਨਾਂ ਨਾਲ ਅਤੇ ਬਾਬਾ ਨਾਨਕ ਕਹਿੰਦੇ ਨੇ ਕਿ ਮੇਰਾ ਤਾਂ ਸਿਰ ਹਰ ਉਸ ਬੰਦੇ ਦੇ ਕਦਮਾਂ 'ਚ ਹੈ ਜਿਹੜਾ ਤੈਨੂੰ ਯਾਦ ਕਰਦਾ ਯਾਦ ਕਿਸ ਰੂਪ ਵਿੱਚ ਕਰਦਾ ਯਾਦ ਕਿਸ ਨਾਂ ਨਾਲ ਕਰਦਾ ਕਿਸ ਪੱਧਤੀ ਨਾਲ ਕਰਦਾ ਕਿਸ ਤੌਰ ਤਰੀਕੇ ਨਾਲ ਕਰਦਾ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਹੀ ਤਾਂ ਖੂਬਸੂਰਤੀ ਹੈ ਇਹੀ ਤਾਂ ਪਲੂਰਲਿਟੀ ਹੈ ਜਿਸ ਨੂੰ ਗੁਰੂ ਨਾਨਕ ਔਰ ਸਾਰਾ ਸਾਡੀ ਬਾਣੀ ਐਪਰੀਸ਼ੀਏਟ ਕਰਦੀ ਹੈ ਗਲੋਰੀਫਾਈ ਕਰਦੀ ਹੈ ਬਹੁਤ ਖੂਬਸੂਰਤ ਫਰਮਾਨ ਹੈ ਤੁਸੀਂ ਸਾਰਿਆਂ ਨੇ ਵਾਰ ਵਾਰ ਪੜ੍ਹਿਆ ਹੋਣਾ ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਭਰੇ ਤਿੱਤੇ ਲੈ ਉਹ ਬਾਰ ਕੋਈ ਰਾਹ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਧਾਰਮਿਕ ਤੌਰ 'ਤੇ ਸੱਭਿਆਚਾਰਕ ਤੌਰ 'ਤੇ ਕੋਈ ਕਿਸੇ ਰਾਹ 'ਤੇ ਤੁਰਦਿਆਂ ਅਗਰ ਤੇਰੇ ਤੱਕ ਪਹੁੰਚਣਾ ਚਾਹੁੰਦਾ ਔਰ ਜਗਤ ਜਲੰਧਾ ਰੱਖ ਲੈ ਮੇਰਾ ਤਾਂ ਇਹ ਹੈ ਕਿ ਜਿਹੜੀ ਤਪਸ਼ ਹੈ ਉਹ ਕੱਟਣੀ ਚਾਹੀਦੀ ਹੈ ਜਿਹੜਾ ਤਕਰਾਰ ਹੈ ਉਹ ਕੱਟਣਾ ਚਾਹੀਦਾ ਜਿਹੜਾ ਮਨ ਮੁਟਾਵ ਹੈ ਉਹ ਕੱਟਣਾ ਚਾਹੀਦਾ ਪਰ ਕੋਈ ਕਿਸ ਰਾਹ ਨਾਲ ਇਹ ਗੱਲ ਪ੍ਰਾਪਤ ਕਰ ਸਕਦਾ
ਜਾਂ ਕਿਸ ਤਰ੍ਹਾਂ ਇਹ ਗੱਲ ਪ੍ਰਾਪਤ ਹੋ ਸਕਦੀ ਹੈ, ਇਹਦੇ ਨਾਲ ਕੋਈ ਖਾਸ ਮੇਰਾ ਸਰੋਕਾਰ ਨਹੀਂ। ਦਸਮ ਗ੍ਰੰਥ ਦੀ ਬਾਣੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਬੇਅੰਤ, ਉਹਦੇ ਵਿੱਚ ਸਾਨੂੰ ਉਦਾਹਰਣ ਮਿਲਦੇ ਨੇ। ਜਦੋਂ ਅਸੀਂ ਵੰਨ ਸੁਵੰਨਤਾ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਿ ਇੱਕ ਵਾਰ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਕਿਸ ਕਿਸ ਤਰ੍ਹਾਂ ਜਿਹੜੀ ਪਲੂਰਲਿਜ਼ਮ ਹੈ, ਵੰਨ ਸੁਵੰਨਤਾ ਹੈ, ਵਰਣਨ ਮਿਲਦਾ ਹੈ, ਖਾਸ ਤੌਰ 'ਤੇ ਅਕਾਲ ਉਸਤਤ ਵਿੱਚ, ਉਹ ਦੇਖਣ ਵਾਲਾ ਹੈ। ਅਸੀਂ ਸਾਰੇ ਪੜ੍ਹਦੇ ਹਾਂ, ਕਉ ਪਿਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ, ਕਉ ਜਤੀ ਅਨੁਮਾਨਵੋ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ। ਰਾਫ ਜੀ ਔਰ ਇਮਾਮ ਸਾਫ਼ੀ ਹੈਂ ਸਾਰੇ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ ਤੁਹਾਨੂੰ ਯਾਦ ਕਰ ਰਿਹਾ, ਪਰ ਆਖੀਰ ਵਿੱਚ ਸਾਰੇ ਮਾਨਸ ਕੀ ਜਾਤ ਸਭੈ ਏਕ ਹੈ। ਵੰਨ ਸੁਵੰਨਤਾ ਨੂੰ ਗਲੋਰੀਫਾਈ ਕਰਨਾ ਔਰ ਉਸਨੂੰ ਐਪਰੀਸ਼ੀਏਟ ਕਰਨਾ ਔਰ ਉਸਨੂੰ ਦਰਜ ਕਰਨਾ, ਇਹ ਸਿੱਖ ਟਰੈਡੀਸ਼ਨ ਵਿੱਚ ਸਾਨੂੰ ਗੁਰੂ ਸਾਹਿਬਾਨ ਦੀ ਟਰੈਡੀਸ਼ਨ ਵਿੱਚ ਬਹੁਤ ਖੂਬਸੂਰਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਫੁਰਮਾਨ ਹੈ, ਦੇਹੋਰਾ ਮਸੀਤ ਸੋਈ ਪੂਜਾ ਓ ਨਿਮਾਜ਼ ਹੋਈ। ਦੱਸੋ, ਦੇਹੋਰਾ ਮਸੀਤ ਸੋਈ ਪੂਜਾ ਓ ਨਿਮਾਜ਼ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਓ ਹੈ, ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਓ ਹੈ। ਕੋਈ ਕੁਝ ਕਰਦਾ ਪਿਆ, ਉਹ ਕਹਿੰਦਾ ਦੇਸ਼ਾਂ ਵਿੱਚ ਥਾਂ ਥਾਂ 'ਤੇ ਰਹਿਣ ਦੇ ਪ੍ਰਭਾਵ ਨੇ, ਕਿਤੇ ਮੈਂ ਉਹਨੂੰ ਵਿਤਕਰਾ ਨਾ, ਵਿਤਕਰੇ ਦੀ ਨੁਕਤੇ ਨਿਗਾਹ ਨਾਲ ਨਾ ਦੇਖਾਂ। ਦੇਹੋਰਾ ਮਸੀਤ ਸੋਈ, ਦੇਹੋਰਾ ਅਤੇ ਮਸੀਤ, ਮੰਦਰ ਔਰ ਮਸਜਿਦ ਇੱਕੋ ਜਿਹੇ ਲੱਗਦੇ ਨੇ ਮੈਨੂੰ, ਲੇਕਿਨ ਵੈਰਾਇਟੀ ਆ, ਉਸਨੂੰ ਗਲੋਰੀਫਾਈ ਕਰ ਰਹੇ ਨੇ। ਦਸਮ ਪਿਤਾ, ਦੇਹੋਰਾ ਮਸੀਤ ਸੋਈ ਪੂਜਾ ਓ ਨਿਮਾਜ਼ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਮਾਓ ਹੈ, ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਸਾਰੇ ਨਾਂ ਲੈ ਦਿੱਤੇ, ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਓ ਹੈ, ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਬਾਨ, ਖਾਕ ਬਾਦ ਆਤਿਸ਼ ਉਹ ਆਪ ਕੋ ਰਲਾਓ ਹੈ, ਅੱਲਾਹ ਅਪੇਖ ਸੋਈ ਪੁਰਾਨ ਓ ਕੁਰਾਨ ਹੋਈ, ਪੁਰਾਨ ਓ ਕੁਰਾਨ ਹੋਈ, ਏਕ ਹੀ ਸਰੂਪ ਸਭ ਹੈ ਏਕ ਹੀ ਬਣਾਓ ਹੈ। ਜਿਹੜੀ ਇਹ ਪਲੂਰਲਿਟੀ ਹੈ ਔਰ ਫਿਰ ਉਹਦੀ ਉਸ ਪਲੂਰਲਿਟੀ 'ਚੋਂ ਸਾਂਝੇ ਤੌਰ 'ਤੇ ਉੱਠਦੀ ਹੋਈ ਰੱਬ ਦੀ ਇਕਤਾ ਜਿਹੜੀ ਹੈ, ਉਸਨੂੰ ਇਸ ਤਰ੍ਹਾਂ ਖੂਬਸੂਰਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਫੁਰਮਾਨ, ਬਚਪਨ ਤੋਂ ਜਦੋਂ ਮੈਂ ਬਾਣੀ ਸਿੱਖਦਾ ਸੀ, ਦੋ ਪੰਕਤੀਆਂ ਮੈਂ ਕਦੀ ਨਹੀਂ ਭੁੱਲਿਆ, ਬੜੀ ਵੱਡੀ ਰਚਨਾ ਪਰ ਉਹਦੀਆਂ ਦੋ ਪੰਕਤੀਆਂ ਨੇ, ਕਹੂੰ ਬੇਦ ਰੀਤ ਕਹੂੰ ਤਾਂ ਸੋ ਵਿਪਰੀਤ। ਕਿਸੇ ਥਾਂ 'ਤੇ ਤੂੰ ਬੇਦਰੀਤ ਵੀ ਚੱਲਦਾ ਪਿਆ, ਤੇਰੀ ਤੂੰ ਵੈਦਿਕ ਮਰਿਆਦਾ ਦੀ ਗੱਲ ਕਰਦਾ ਪਿਆ, ਮੈਨੂੰ ਤਾਂ ਤੂੰ ਹੀ ਨਜ਼ਰ ਆ ਰਿਹਾ, ਵੈਦਿਕ ਮਰਿਆਦਾ ਦੀ ਗੱਲ ਕਰਦੇ ਹਾਂ, ਕਹੂੰ ਬੇਦਰੀਤ ਕਹੂੰ ਤਾਂ ਸੋ ਬੇਪਰੀਤ। ਕਿਸੇ ਜਗ੍ਹਾ 'ਤੇ ਉਹਦੇ ਵਿਰੁੱਧ ਬੋਲਦਾ ਪਿਆ, ਇੱਕ ਜਗ੍ਹਾ 'ਤੇ ਤੂੰ ਵੈਦਿਕ ਮਰਿਆਦਾ ਦੀ ਗੱਲ ਕਰਦਾ, ਪਰ ਇੱਕ ਜਗ੍ਹਾ 'ਤੇ ਤੂੰ ਵੈਦਿਕ ਮਰਿਆਦਾ ਦੇ ਉਲਟ ਗੱਲ ਕਰ ਰਿਹਾ, ਕਹੂੰ ਬੇਦਰੀਤ ਕਹੂੰ ਤਾਂ ਸੋ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਕਿਤੇ ਤੂੰ ਤਿੰਨਾਂ ਗੁਣਾਂ ਦੀ ਰਜੋ ਤਮੋ ਉਹਦੇ ਬਾਰੇ ਗੱਲ ਕਰਦਾ ਪਿਆ, ਔਰ ਕਿਸੇ ਜਗ੍ਹਾ 'ਤੇ ਤੂੰ ਸਰਗੁਣ ਸਰੂਪ ਦੀ ਗੱਲ ਕਰਦਾ ਪਿਆ। ਇਹ ਸਾਰੇ ਰੂਪਾਂ ਵਿੱਚ ਮੈਨੂੰ ਇਸ ਪਲੂਰਲਿਜ਼ਮ ਵਿੱਚ ਤੇਰੀ ਰਚਨਾ ਸਾਰੀ ਦੀ ਸਾਰੀ ਨਜ਼ਰ ਆਉਂਦੀ ਹੈ। ਅਤੇ ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਨੇ ਪੰਨੇ 'ਤੇ ਪਲੂਰਲਿਜ਼ਮ ਦੀ ਗੱਲ ਕਰਦੀ ਹੈ, ਡਾਈਵਰਸਿਟੀ ਦੀ ਗੱਲ ਕਰਦੀ ਹੈ, ਵੰਨ ਸੁਵੰਨਤਾ ਦੀ ਗੱਲ। ਮੈਂ ਆਖਿਰ ਵਿੱਚ ਇੱਥੇ ਆਵਾਂਗਾ, ਕਿਉਂਕਿ ਇਸੇ ਵੰਨ ਸੁਵੰਨਤਾ ਵਿੱਚ ਮੇਰਾ ਸਰਵਾਈਵਲ ਹੈ, ਇਸੇ ਵੰਨ ਸੁਵੰਨਤਾ ਵਿੱਚ ਮੇਰੀ ਤਰੱਕੀ ਹੈ, ਇਸੇ ਵੰਨ ਸੁਵੰਨਤਾ ਵਿੱਚ ਸਾਰੀ ਦੁਨੀਆ ਦਾ ਸੁੱਖ ਪਿਆ ਹੋਇਆ, ਸਾਰੀ ਦੁਨੀਆ ਦੀ ਸ਼ਾਂਤੀ ਪਈ ਹੋਈ ਹੈ, ਵਿਸ਼ਵ ਸ਼ਾਂਤੀ ਪਈ ਹੋਈ ਹੈ। ਪਰ ਗੁਰੂ ਗ੍ਰੰਥ ਸਾਹਿਬ ਸਾਨੂੰ ਰੋਜ਼ ਤਰਬੀਅਤ ਦਿੰਦਾ, ਰੋਜ਼ ਸਿਖਾਉਂਦਾ। ਮੈਂ ਕਈ ਹੋਰ ਤਰੀਕੇ ਨਾਲ ਵੀ ਵੰਨ ਸੁਵੰਨਤਾ ਦੀ ਗੱਲ, ਪਲੂਰਲਿਟੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਕਰ ਸਕਦਾ। ਮੋਟੇ ਤੌਰ 'ਤੇ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਣਾਵਟ ਹੀ, ਸਟਰਕਚਰ ਹੀ ਗੁਰੂ ਗ੍ਰੰਥ ਸਾਹਿਬ ਦਾ ਪਲੂਰਲਿਸਟਿਕ ਲੱਗਦਾ ਕਿ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਜਿਹੜੀ ਹੈ, ਸਟਰਕਚਰ ਗੁਰੂ ਗ੍ਰੰਥ ਸਾਹਿਬ ਦਾ ਪਲੂਰਲਿਸਟਿਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚਨਾਕਾਰਾਂ ਦਾ ਘੇਰਾ ਕਿੰਨਾ ਵੱਡਾ ਹੈ, ਮੈਂ ਕਈ ਵਾਰ ਸ਼ਾਇਦ ਇਹ ਪਹਿਲਾਂ ਵੀ ਕਿਹਾ ਹੋਵੇ, ਘੇਰਾ ਕਿੰਨਾ ਵੱਡਾ ਹੈ। ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਜੈਦੇਵ ਜੀ ਬੈਠੇ ਹੋਏ ਨੇ, ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਬੈਠੇ ਹੋਏ ਨੇ, ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦੀ ਬਾਣੀ ਦਰਜ ਹੈ,
ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਾਨੰਦ ਦੀ ਬਾਣੀ ਦਰਜ ਹੈ, ਇਸੇ ਵਿੱਚ ਸੈਣ ਜੀ ਦੀ ਬਾਣੀ ਦਰਜ ਹੈ, ਕਿਹਦਾ ਕਿਹਦਾ ਨਾਲ ਵਾ, ਮਹਾਰਾਸ਼ਟਰ ਦੇ ਨਾਮਦੇਵ ਜੀ ਦੀ ਬਾਣੀ ਦਰਜ ਹੈ, ਬਨਾਰਸ ਦੇ ਕਬੀਰ ਜੀ ਦੀ ਬਾਣੀ ਦਰਜ ਹੈ। ਅਤੇ ਮੈਨੂੰ ਲੱਗਦਾ ਹੈ ਕਿ ਮੈਂ ਜੇ ਪਲੂਰਲਿਟੀ ਦੇਖਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਤਾਂ ਉਹਦੇ ਸਟਰਕਚਰ ਤੋਂ ਦੇਖ ਲਵਾਂ। ਇਹ ਵੀ ਇੱਕ ਨਜ਼ਰੀਆ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕੰਟਰੀਬਿਊਟ ਕਰਨ ਵਾਲੇ ਬਾਣੀਕਾਰ ਜਿਹੜੇ ਨੇ, ਜਦੋਂ ਮੈਂ ਉਹਨਾਂ ਦੀ ਪਲੂਰਲਿਟੀ ਦੇਖਦਾ, ਕਈ ਲਿਹਾਜ਼ ਨਾਲ ਮੈਂ ਗੱਲ ਅੱਗੇ ਕਰਾਂਗਾ, ਤਾਂ ਮੈਨੂੰ ਬਹੁਤ ਖੂਬਸੂਰਤੀ ਨਾਲ ਇਹ ਗੱਲ ਉੱਭਰਦੀ ਨਜ਼ਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਵਿੱਚੋਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਟਰਕਚਰ ਵਿੱਚੋਂ ਮੈਨੂੰ ਇਹ ਗੱਲ ਬੜੀ ਬਖੂਬੀ ਉੱਭਰਦੀ ਨਜ਼ਰ ਆਉਂਦੀ ਹੈ। ਮੈਂ ਸ਼ਾਇਦ ਕਈ ਵਾਰੀ ਜ਼ਿਕਰ ਕੀਤਾ ਹੋਏਗਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਟਰਕਚਰ ਹੈ, ਇੱਕ ਲਿਹਾਜ਼ ਨਾਲ ਉਹ ਰੈਵੋਲੂਸ਼ਨਰੀ ਵੀ ਹੈ, ਉਹ ਕ੍ਰਾਂਤੀਕਾਰੀ ਵੀ ਹੈ, ਉਹਦੇ ਵਿੱਚ ਬਹੁਤ ਵੱਡੀ ਫਿਲੋਸਫੀ ਸਮੋਈ ਹੋਈ ਹੈ। ਮੈਨੂੰ ਯਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ, ਕਲਾਮ ਸਾਹਿਬ ਦੇਸ਼ ਦੇ ਰਾਸ਼ਟਰਪਤੀ ਸਨ, ਉਹਨਾਂ ਕੋਲੋਂ ਅਸੀਂ ਰਿਲੀਜ਼ ਕਰਾਉਣਾ ਸੀ। ਦੁੱਗਲ ਸਾਹਿਬ, ਕਰਤਾਰ ਸਿੰਘ ਦੁੱਗਲ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਕੀਤਾ ਸੀ। ਰਾਸ਼ਟਰਪਤੀ ਭਵਨ ਮੈਂ ਵੀ ਗਿਆ ਹੋਇਆ ਸੀ, ਅਸੀਂ ਕੁਝ ਲੋਕ ਸਾਂ, ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਤਰਜਮਾ ਅੰਗਰੇਜ਼ੀ ਵਾਲਾ ਹੈ ਉਹ ਦਿੱਤਾ, ਇੱਕ ਨੋਟ ਵੀ ਬਣਾ ਕੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਦੇਸ਼ ਕੀ ਹੈ, ਬਣਤਰ ਕਿੱਦਾਂ ਹੈ। ਔਰ ਤੀਜੇ ਚੌਥੇ ਦਿਨ ਉਹ ਸਮਾਗਮ ਹੋਣਾ ਸੀ, ਅਸੀਂ ਉਸ ਸਮਾਗਮ ਤੋਂ ਪਹਿਲਾਂ ਪਹੁੰਚ ਗਏ ਤਾਂ ਉਹ ਸਾਨੂੰ ਪੁੱਛਦੇ ਨੇ, ਇੱਕ ਬਾਤ ਬਤਾਈਏ, ਅਸੀਂ ਕਿਹਾ ਹਾਂਜੀ, ਇਹ ਗੁਰੂ ਗ੍ਰੰਥ ਸਾਹਿਬ ਹੈ ਬਾਬਾ ਫਰੀਦ ਕੀ ਬਾਣੀ ਹੈ, ਅਬਦੁਲ ਕਲਾਮ ਸਾਹਿਬ ਕਹਿੰਦੇ ਨੇ, ਅਸੀਂ ਕਿਹਾ ਹਾਂਜੀ ਹਾਂਜੀ ਬਾਬਾ ਫਰੀਦ ਕੀ ਬਾਣੀ ਹੈ, ਉਹ ਵਾਲੇ ਫਰੀਦ ਹੀ ਹੈ ਇਹ, ਉਹ ਜੋ ਪਾਕ ਪੱਤਣ ਵਾਲੇ, ਮੈਂ ਕਿਹਾ ਹਾਂਜੀ ਉਹੀ ਵਾਲੇ ਹੈ, ਆਪ ਵਾਲੇ ਬਾਬਾ ਫਰੀਦ ਹੈ। ਕਹਿੰਦਾ ਉਨਕੀ ਬਾਣੀ ਗੁਰੂ ਗ੍ਰੰਥ ਸਾਹਿਬ ਮੈਂ ਹੈ, ਮੈਂ ਕਿਹਾ ਹਾਂਜੀ ਉਨਕੀ ਬਾਣੀ ਗੁਰੂ ਗ੍ਰੰਥ ਸਾਹਿਬ ਮੈਂ, ਉਹ ਗੁਰੂ ਗ੍ਰੰਥ ਸਾਹਿਬ ਜਿਸਕੋ ਆਪ ਨਮਸਕਾਰ ਕਰਤੇ, ਮੈਂ ਕਿਹਾ ਹਾਂਜੀ ਰੋਜ਼ ਨਮਸਕਾਰ ਕਰਤੇ, ਉਸਮੇ ਬਾਬਾ ਫਰੀਦ ਕੀ ਬਾਣੀ ਹੈ। ਉਹਨੇ ਉਲਾਂਭਾ ਦਿੱਤਾ, ਫਿਰ ਦੁਨੀਆ ਕੋ ਬਤਾਤੇ ਕਿਉਂ ਨਹੀਂ ਤੁਮ ਲੋਕ, ਅਸੀਂ ਕਿਹਾ ਜੀ ਬਤਾਨਾ ਹਮ ਤੋ ਬਤਾਤੇ ਹੈ। ਕਹਿੰਦੇ ਨਹੀਂ ਬਤਾਤੇ, ਮੈਂ ਰਾਸ਼ਟਰਪਤੀ ਹੂੰ, ਮੇਰੇ ਕੋ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਮੈਂ ਬਾਬਾ ਫਰੀਦ ਕੀ ਬਾਣੀ ਹੈ। ਅਤੇ ਮੈਨੂੰ ਲੱਗਿਆ ਇੰਨਾ ਮੁਤਾਸਰ ਕਲਾਮ ਸਾਹਿਬ ਉਸ ਦਿਨ ਸਨ ਕਿ ਇਸਮੇ ਬਾਬਾ ਫਰੀਦ ਕੀ ਬਾਣੀ ਹੈ, ਔਰ ਇਹ ਆਪਕਾ ਗ੍ਰੰਥ ਹੈ। ਮੈਂ ਕਿਹਾ ਹਮਾਰਾ ਨਹੀਂ ਹੈ, ਆਪਕਾ ਵੀ ਹੈ, ਕਿਉਂਕਿ ਬਾਬਾ ਫਰੀਦ ਹੈ, ਸਭ ਕਾ ਹੈ। ਤਾਂ ਮੇਰੀ ਜਿਹੜੀ ਜੋ ਮੈਂ ਕਹਿਣਾ ਚਾਹੁੰਦਾ, ਜਿਹੜੀ ਵਨ ਸੁਵੰਤਾ ਪਲੂਰਲਿਟੀ, ਜਿਹੜੀ ਕੰਟਰੀਬਿਊਟਰਸ ਦੀ, ਬਾਣੀਕਾਰਾਂ ਦੀ ਪਲੂਰਲਿਟੀ ਹੈ, ਉਹ ਵੀ ਆਪਣੇ ਆਪ ਵਿੱਚ ਹਰ ਲਿਹਾਜ਼ ਨਾਲ ਦੇਖਣ ਵਾਲੀ ਹੈ। ਔਰ ਇੱਕ ਬਹੁਤ ਵੱਡਾ ਨੁਕਤਾ ਹੈ ਪਲੂਰਲਿਜ਼ਮ ਦੇ ਹਵਾਲੇ ਨਾਲ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਟਰਕਚਰ ਦੇਖਦਾ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਾ। ਮੈਂ ਹੋਰ ਤਰੀਕੇ ਨਾਲ ਵੀ, ਬਹੁਤ ਸਾਰੇ ਤਰੀਕਿਆਂ ਨਾਲ ਪਲੂਰਲਿਜ਼ਮ ਦੀ ਗੱਲ ਕਰ ਸਕਦਾ, ਪਰ ਮੈਂ ਆਖਰੀ ਇੱਕ ਗੱਲ ਹੋਰ ਪਲੂਰਲਿਜ਼ਮ ਦੇ ਹਵਾਲੇ ਨਾਲ ਕਰਨੀ ਚਾਹੁੰਦਾ। ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਾਸ਼ਾਵਾਂ ਦਾ, ਬੋਲੀਆਂ ਦਾ ਪਲੂਰਲਿਜ਼ਮ ਬਹੁਤ ਖੂਬਸੂਰਤ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਬੋਲੀਆਂ, ਜਿਹੜੀਆਂ ਵੰਨਗੀਆਂ ਬੋਲੀਆਂ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਨੂੰ ਪ੍ਰਾਪਤ ਹੁੰਦੀਆਂ ਨੇ, ਹਰ ਹਵਾਲੇ ਨਾਲ, ਲਿਟਰੇਚਰ ਦੇ ਹਵਾਲੇ ਨਾਲ ਵੀ, ਔਰ ਕਈ ਹੋਰ ਹਵਾਲਿਆਂ ਨਾਲ ਉਹਦੀ ਗੱਲ ਕਰ ਸਕਦਾ। ਬਹੁਤ ਸਾਰੀਆਂ ਬੋਲੀਆਂ, ਵੈਰਾਇਟੀ ਆਫ ਲੈਂਗੁਏਜਿਸ, ਸਪੋਕਨ ਲੈਂਗੁਏਜਿਸ ਜਿਹੜੀਆਂ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ। ਵੱਖ ਵੱਖ ਰੂਪਾਂ ਵਿੱਚ ਉਹਨਾਂ ਦੇ ਰੂਪ ਜਿਹੜੇ ਨੇ, ਮੈਨੂੰ ਗੁਰੂ ਗ੍ਰੰਥ ਸਾਹਿਬ ਦੀ, ਕਈ ਵਾਰੀ ਮੈਂ ਦੇਖਦਾ ਫਾਰਸੀ ਅਤੇ ਅਰਬੀ ਦੀ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚੋਂ। ਪਰਹੇਜ਼ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਕਿਸੇ ਕੋਲੋਂ ਪਰਹੇਜ਼ ਨਹੀਂ ਕਰਦਾ। ਮੈਂ ਕਈ ਵਾਰ ਕਹਿੰਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਹਰ ਦੀਵਾਰ ਟੁੱਟਦੀ ਹੈ, ਹਰ ਦੀਵਾਰ, ਕੋਈ ਦੀਵਾਰ ਐਸੀ ਨਹੀਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਵਿੱਚ ਉਸਰਦੀ ਹੋਵੇ। ਉਸਰਨ ਦੀ ਗੱਲ ਤਾਂ ਹੋਰ ਹੈ, ਕੋਈ ਹੋਵੇ ਪਹਿਲਾਂ ਦੀ ਅਤੇ ਕਾਇਮ ਰਹਿ ਜਾਵੇ, ਨਹੀਂ ਰਹਿ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਵਾਹ ਅੱਗੇ ਹਰ ਦੀਵਾਰ ਟੁੱਟਦੀ ਪਈ ਹੈ, ਹਰ ਲਕੀਰ ਮਿਟਦੀ ਹੈ। ਕਿਸੇ ਜਗ੍ਹਾ ਵੀ ਕਿਸੇ ਨੇ ਲਕੀਰ ਖਿੱਚੀ ਹੋਵੇ, ਕਿਸੇ ਇੱਕ ਸਮੁਦਾਏ ਦੇ ਮੁਕਾਬਲੇ ਕਿਸੇ ਦੂਸਰੇ ਉਹ ਲਕੀਰ ਬਾਬਾ ਨਾਨਕ, ਉਹ ਲਕੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਾਣੀਕਾਰ, ਉਹ ਲਕੀਰ ਮਿਟਾ ਦਿੰਦੇ ਨੇ। ਕੋਈ ਦੀਵਾਰ ਹੋਵੇ ਉਹ ਟੁੱਟ ਜਾਂਦੀ ਹੈ, ਕੋਈ ਬੰਦਿਸ਼ ਲਾਈ ਹੋਵੇ ਉਹ ਖੁੱਲ੍ਹ ਜਾਂਦੀ ਹੈ। ਮੈਂ ਇਸ ਵਿਸ਼ਵਾਸ ਦਾ ਬੰਦਾ। ਔਰ ਜਦੋਂ ਮੈਂ ਭਾਸ਼ਾਵਾਂ ਦੀ ਗੱਲ, ਬੋਲੀਆਂ ਦੀ ਗੱਲ ਕਰਦਾ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਸ਼ਾਇਦ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਮੈਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਬੋਲੀਆਂ ਦਾ
ਆਨੰਦ ਲੈਣਾ ਵੱਖ ਵੱਖ ਪਲੂਰਲਿਸਟਿਕ ਅਪਰੋਚ ਜਿਹੜੀ ਬੋਲੀ ਜਾਂਦੀ ਹੈ ਉਹ ਮੈਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਨਜ਼ਰ ਆਉਂਦੀ। ਸਭ ਤੋਂ ਪਹਿਲਾਂ ਮੈਂ ਬਾਬਾ ਫਰੀਦ ਨੂੰ ਟੱਚ ਕਰਨਾ ਚਾਹੁੰਦਾ। ਬਾਬਾ ਫਰੀਦ ਪਾਕ ਪੱਤਣ ਵਾਲੇ ਨੇ, ਮੁਲਤਾਨ ਵਾਲੇ ਨੇ, ਔਰ ਬਾਬਾ ਫਰੀਦ ਦੀ ਪੰਜਾਬੀ ਜਿਹੜੀ ਹੈ ਉਹ ਉਸ ਵੇਲੇ ਦੀ ਔਰ ਉਸ ਥਾਂ ਦੀ ਪੰਜਾਬੀ ਹੈ, ਔਰ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ ਮਿਲੀ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹ ਪੰਜਾਬੀ, ਇਹ ਮੁਲਤਾਨੀ ਪਾਕ ਪਤਨ ਦੀ ਪੰਜਾਬੀ ਜਿਹੜੀ ਹੈ ਉਸ ਦੀ ਵੰਨਗੀ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ। ਔਰ ਜਿਹੜੇ ਅਧਿਐਨ ਕਰਨ ਵਾਲੇ ਨੇ ਪੰਜਾਬੀ ਭਾਸ਼ਾ ਦਾ, ਉਹਨਾਂ ਨੂੰ ਮੈਂ ਬਹੁਤ ਵਾਰੀ ਕਹਿੰਦਾ ਕਿ ਪੰਜਾਬੀ ਭਾਸ਼ਾ ਦਾ ਅਧਿਐਨ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਉਪਲਬਧ ਪੰਜਾਬੀ ਦੇ ਵੱਖ ਵੱਖ ਰੂਪ ਜਿਹੜੇ ਨੇ ਉਹਨਾਂ ਦਾ ਅਧਿਐਨ ਬਹੁਤ ਜ਼ਰੂਰੀ ਹੈ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੂ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ ਚਲਾਂ ਤਾਂ ਭਿੱਜੇ ਕਮਲੀ ਰਹਾਂ ਤਾਂ ਟੁੱਟੇ ਨੇਹੋਂ ਭਿੱਜੋ ਸਿੱਜੋ ਕਮਲੀ ਅਲੋਹ ਵਰਸੈ ਮਿਓ ਜਾਇ ਮਿਲਾ ਤਿੰਨ ਸੱਜਣਾ ਟੁੱਟੋ ਨਾ ਹੀ ਨਿਓ। ਇਹੋ ਜਿਹੀ ਪੰਜਾਬੀ, ਇਹ ਪੰਜਾਬੀ ਦੀ ਖਾਸ ਵੰਨਗੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਭੀ ਹੈ ਗੁਰੂ ਪਾਤਸ਼ਾਹ ਨੇ। ਮੈਨੂੰ ਬਹੁਤ ਖੂਬਸੂਰਤ ਰਚਨਾ ਲੱਗਦੀ ਹੈ। ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵਿਓਮ ਅੱਜ ਫਰੀਦੈ ਕੂਜੜਾ ਸਹਿ ਕੋ ਆਥੀ ਓਮ। ਇਹ ਪੰਜਾਬੀ ਹੈ, ਇਹ ਪੰਜਾਬੀ ਅਸੀਂ ਤਾਂ ਹੁਣ ਬੋਲਦੇ ਨਹੀਂ ਪਏ ਨਾ, ਪਰ ਇਹ ਪੰਜਾਬੀ ਦਾ ਰੂਪ ਹੈ ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਭਿਆ ਹੋਇਆ। ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸੌ ਨੰਡੜਾ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ ਪੀਢੀ ਪਾਈ ਗੰਢ, ਤੈਂ ਜੇ ਵੜਮੈ ਨਾਹੇ ਕੋ ਸਭ ਜਗ ਡਿੱਠਾ ਹੰਡ। ਇਹ ਪੰਜਾਬੀ, ਇਹ ਪੰਜਾਬੀ ਦੀ ਵੰਨਗੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ 'ਤੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਮੈਨੂੰ ਪਲੂਰਲਿਜ਼ਮ ਭਾਸ਼ਾਵਾਂ ਦਾ, ਪੰਜਾਬੀ ਭਾਸ਼ਾ ਦਾ ਪਲੂਰਲਿਜ਼ਮ ਜਿਹੜਾ ਹੈ ਉਹ ਇਹਦੇ ਵਿੱਚੋਂ ਉੱਭਰਦਾ। ਫਰੀਦਾ ਥਿਓ ਪਵਾਈ ਦੱਬ ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬਿਆਹ ਲਤਾੜੀਏ ਤਾਂ ਸਾਈਂ ਦੇ ਦਰਬਾਰੀਏ। ਕਿਆ ਪੰਜਾਬੀ ਹੈ, ਮੇਰੇ ਕੋਲ ਪੰਜਾਬੀ ਵਿਸਰ ਗਈ ਹੈ, ਪਰ ਇਹ ਪੰਜਾਬੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਭਾਲੀ ਗਈ ਹੈ। ਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਬੋਲੀ ਦੀ, ਪੰਜਾਬੀ ਬੋਲੀ ਦੀ ਇਹ ਵੰਨਗੀ ਸਾਂਭ ਕੇ ਰੱਖ ਦਿੱਤੀ ਹੈ। ਇਹ ਮੇਰੀ ਖੂਬਸੂਰਤੀ ਹੈ, ਪਲੂਰਲਿਜ਼ਮ ਹੈ ਭਾਸ਼ਾਵਾਂ ਦਾ। ਪੋਠੋਵਾਰੀ ਭਾ ਦੀ ਕਹਿ ਲਈਏ ਪੰਜਾਬੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਹੈਂ ਜਿਓ ਮਹਿੰਜਾ ਤੋ ਮੋਇਆ ਕਦ ਪੱਸੀ ਜਾਨੀ ਤੋਏ। ਪੋਠੋਵਾਰੀ ਪੰਜਾਬੀ ਦੀ ਵੰਨਗੀ ਜਿਹੜੀ ਹੈ, ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ ਕਹੀਂ ਨਾ ਠਾਹੇ ਚਿੱਤ। ਮੇਰੀ ਪੰਜਾਬੀ ਦੀ ਵੰਨਗੀ ਜਿਹੜੀ ਹੈ, ਉਸਦੀ ਬੋਲੀ ਦੀ ਵੰਨਗੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਿਆਂ 'ਤੇ ਦਰਜ ਹੈ, ਔਰ ਇਹ ਉਹਦਾ ਪਲੂਰਲਿਜ਼ਮ ਹੈ, ਬੋਲੀਆਂ ਦਾ ਪਲੂਰਲਿਜ਼ਮ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਜ਼ਰ ਆਉਂਦਾ ਹੈ। ਸੰਸਕ੍ਰਿਤ ਨੁਮਾ, ਸੰਸਕ੍ਰਿਤ ਸ਼ਬਦਾਂ ਵਾਲੀ ਰਚਨਾਵਾਂ, ਅਤੇ ਮੈਨੂੰ ਲੱਗਦਾ ਹੈ, ਮੈਂ ਕਈ ਵਾਰੀ ਕਹਿ ਬੈਠਦਾ ਕਿ ਆਓ ਸੰਸਕ੍ਰਿਤ ਵਾਲਿਓ, ਤੁਹਾਡੀ ਵੀ ਸੰਸਕ੍ਰਿਤ ਕਿਸਮ ਦੀ ਜਿਹੜੀ ਬਾਣੀ ਹੈ, ਦਿਆ ਕਰਨੰਗ ਦੁੱਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ, ਬਹੁਤ ਸਾਰੀਆਂ ਰਚਨਾਵਾਂ ਨੇ ਜਿਹਦੇ ਵਿੱਚੋਂ ਸੰਸਕ੍ਰਿਤ ਸ਼ਬਦਾਵਲੀ ਜਿਹੜੀ ਹੈ ਮੈਨੂੰ ਨਜ਼ਰ ਆਉਂਦੀ ਹੈ। ਸਿੰਧੀ ਸੁਭਾਅ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ 'ਚੋਂ ਮਿਲੀਆਂ। ਤੂੰ ਚੋ ਸੱਜਣ ਮੈਂਡਿਆ ਡੇ ਸਿਸੇ ਉਤਾਰ, ਨੈਣ ਮਹਿੰਜੇ ਤਰਸਦੇ ਨੈਣ ਮਹਿੰਜੇ ਤਰਸਦੇ ਕਦਮਸੀ ਦੀ ਦਾਸ। ਬਹੁਤ ਸਾਰੇ ਹੋਰ ਉਦਾਹਰਣ ਦਿੱਤੇ ਜਾ ਸਕਦੇ ਨੇ। ਫਾਰਸੀ ਮੈਂ ਕਈ ਵਾਰੀ ਸ਼ਾਇਦ ਰਚਨਾ ਸੁਣਾਈ ਹੈ, ਮੈਨੂੰ ਬਚਪਨ ਤੋਂ ਯਾਦ ਹੈ, ਇਸ ਵਾਸਤੇ ਮੈਨੂੰ ਪੜ੍ਹਨ 'ਚ ਵੀ ਸਵਾਦ ਆਉਂਦਾ ਹੈ। ਯੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬਿਆਬ ਪਰਵਤਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਈਲ ਗ੍ਰਿਫਤੇ ਦਿਲ ਹੇਚ ਨਦਾਨੀ, ਜਨ ਪਿਸਰ ਪਦਰ ਬਰਾਦਰਾ ਕਸ ਨੇਸ ਦਸਤੰਗੀਰ, ਆਖਿਰ ਬੇਅਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ, ਸਭ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮਈ ਚਿਨੀ ਅਹਿਵਾਲ, ਬਦ ਵਕਤ ਹਮਚੋ ਬਖੀਲ ਗਾਫਲ ਬੇਨਜ਼ਰ ਬੇਬਾਕ। ਇਹ ਗੁਰੂ ਨਾਨਕ ਕਹਿ ਰਹੇ ਨੇ ਆਪਣੇ ਆਪ ਨੂੰ, ਬਦ ਵਕਤ ਹਮਚੋ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਭਾ ਖਾਕ। ਹੁਣ ਇਹ ਰਚਨਾ ਪਰਸ਼ੀਅਨ ਸੁਭਾਅ ਦੀ ਰਚਨਾ,
साहिब श्री गुरु बहुत सारिया होर रचनावां ने दीद ने दीदार साहिब कछ नहीं इसका मोल पाक परवतगार तू खुद खसम वड़ा तोल दिल में जानो क्या खूबसूरत लाइना ने हैं दिल में जानो सब फिलहाल आ कुछ भी पक्का नहीं जे दिल में जानो सब फिलहाल है परशियन दी सुभा दी बाणी है दिल में जानो सब फिलहाल सब कुछ फिलहाल है ए होने ही होने बाद च पता नहीं की होवे दिल में जानो सब फिलहाल खिलखाना बिरादर हमू जंजाला मीर मलक उमरे फानाया एक मुकाम खुदाए दरा गुरु ग्रंथ साहब दी बाणी दी दी बोली दियां वनगियां बोलियां दियां जिहड़ियां वनगियां ने ओ वेखण वालियां ने भगत नामदेव बैठे ने तो फिर मराठी क्यों ना आवे विच ਤਾਂ ਅਸੀਂ ਪੜ੍ਹਦੇ ਹਾਂ ਬੜਾ ਖੂਬਸੂਰਤ ਰਚਨਾਵਾਂ ਨੇ ਔਰ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੂੰ 42 ਲੱਖ ਜੀਵ ਜਲ ਮੈਂ ਹੋਤੇ ਬੀਠਲ ਬਹਿਲਾ ਕਾਏ ਕਰੂੰ ਇਹਦੇ ਅਰਥ ਵੀ ਬੜੇ ਮੁਤਾਸਰ ਕਰਨ ਵਾਲੇ ਨੇ ਜਤਰ ਜਾਓ ਤਤਰ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲੰਮੀ ਰਚਨਾ ਆਖੀਰ 'ਚ ਨਾਮਦੇਵ ਜੀ ਕਹਿੰਦੇ ਨੇ ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂ ਥਨੰਤਰ ਨਾਮਾ ਪ੍ਰਣਵੈ ਪੂਰ ਰਹੋ ਤੂੰ ਸਰਬਮਹੀ ਤੂੰ ਸਾਰਿਆਂ ਵਿੱਚ ਵਿਦਮਾਨ ਹੈ ਇਹ ਬੈ ਬੀਠਲ ਉਹ ਬੈ ਬੀਠਲ ਸਾਰੀ ਥਾਵਾਂ 'ਤੇ ਉਹ ਬੀਠਲ ਜਿਹੜਾ ਉਹ ਮੌਜੂਦ ਹੈ ਪਰ ਮੈਂ ਇੱਥੇ ਗੱਲ ਕਰ ਰਿਹਾ ਬੋਲੀਆਂ ਦੀ ਇਹ ਬੋਲੀ ਇਹ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੋਈ ਹੋਈ ਹੈ ਸੰਭੀ ਗਈ ਭਗਤ ਤ੍ਰਿਲੋਚਨ ਦੀ ਆਪਣੀ ਬੋਲੀ ਹੈ ਮਰਾਠੀ ਸ਼ਬਦ ਵੀ ਉਹਦੇ ਵਿੱਚ ਕੁਝ ਲੋਕ ਕਹਿੰਦੇ ਨੇ ਹੋਰ ਬੋਲੀਆਂ ਦੇ ਸ਼ਬਦ ਵੀ ਉਹਦੇ 'ਚ ਦਾਦੀ ਲੈ ਲੰਕਾ ਗਾੜੂ ਪਾੜੀ ਲੈ ਰਾਵਣ ਬਣ ਸਲ ਬਿਸਲ ਆਣ ਤੋਂ ਖੀਲੇ ਹਰੀ ਕਰਮ ਕਰ ਕਛੋਟੀ ਮਫੀ ਟਸਰੀ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈ ਰੀ ਘਰ ਗਏ ਹਨ ਤਾਂ ਚੇ ਜਾਪੀਏ ਲੈ ਨਾਮ ਛੇ ਰਾਮ ਛੇ ਨਾਮੰਗ ਆਪਣੀ ਧਰਮ ਸੁਪਤਨੀ ਨੂੰ ਤ੍ਰਿਲੋਚਨ ਜੀ ਦੱਸ ਰਹੇ ਨੇ ਕਿ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈ ਰੀ ਘਰ ਗਏ ਹਨ ਤਾਂ ਚੇ ਜਾਪੀਏ ਲੈ ਰਾਮ ਛੇ ਨਾਮੰਗ ਬਹੁਤਾ ਨਹੀਂ ਹਾਏ ਤਬਾਹ ਕਰੀ ਦੀ ਹੁੰਦੀ ਹੈ ਨਾ ਜੋ ਪੂਰਵਲੇ ਕਰਮ ਨੇ ਉਹ ਉਹਨਾਂ ਮੁਤਾਬਕ ਖੈਰ ਮੈਂ ਗੱਲ ਬੋਲੀ ਦੀ ਕਰ ਰਿਹਾ ਕਿ ਭਗਤ ਤ੍ਰਿਲੋਚਨ ਦੀ ਬੋਲੀ ਜਿਹੜੀ ਹੈ ਉਹ ਇਹਦੇ ਵਿੱਚ ਸਾਂਭੀ ਗਈ ਹੈ ਰਾਜਸਥਾਨੀ ਭਾਅ ਦੀਆਂ ਮੈਂ ਸ਼ਾਇਦ ਪਹਿਲੇ ਕਿਹਾ ਵੀ ਹੋਵੇ ਗਰਭ ਗਹਿ ਲੜੋ ਮੂੜੜੋ ਹੀਓ ਰੇ ਹੀਓ ਮੈਂ ਰਾਜਰੀ ਮਾਇਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗਰਭ ਗਹਿ ਲੜੋ ਮੂੜੜੋ ਹੀਓ ਰੇ ਹੀਓ ਮੈਂ ਰਾਜਰੀ ਮਾਇਓ ਡੀਅਰ ਨਿਆਏ ਮੋਏ ਫਾਕਿਓ ਰੇ ਫਿਰ ਕਹਿੰਦਾ ਘਣੋ 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 ਅਸੀਂ ਘਣੋ ਘਣੋ ਵੀ ਪੜ੍ਹ ਲੈਂਦੇ ਹਾਂ ਪਰ ਘਣੋ 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 ਸਭ ਲੋੜ ਹੈ ਬਿਨ ਲੈਣਾ ਕੱਠੇ ਪਾਇਓ ਰੇ ਚਾਹੁੰਦੇ ਤਾਂ ਅਸੀਂ ਸਾਰੇ ਹਾਂ ਘਣੋ ਆ ਜਾਵੇ ਘਣੋ ਆ ਜਾਵੇ ਹੈਂ ਘਣੋ 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 ਸਭ ਲੋੜ ਹੈ ਬਿਨ ਲੈਣਾ ਕੱਠੇ ਪਾਇਓ ਰੇ ਕਿਉਂ ਤੈਨੂੰ ਮਿਲੇਗਾ ਜਦ ਤੱਕ ਤੇਰੇ ਹਿੱਸੇ ਵਿੱਚ ਨਾ ਮਹਿਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨੇ ਭਾਗੜੋ ਭਾਏ ਸੰਜੋਇਓ ਰੇ ਬੜੀ ਲੰਬੀ ਰਚਨਾ ਪਰ ਮੈਂ ਰਾਜਸਥਾਨੀ ਭਾਅ ਦੀ ਰਾਜਸਥਾਨੀ ਸੁਭਾਅ ਦੀ ਰਚਨਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਬੀਰ ਜੀ ਆਪਣੇ ਬਨਾਰਸ ਦੇ ਕਬੀਰ ਜੀ ਨੇ ਮੈਨੂੰ ਕਈ ਵਾਰੀ ਹਿੰਦੀ ਦਾ ਖੜੀ ਬੋਲੀ ਦਾ ਜਾਂ ਜਿਹੜੀ ਬੋਲੀ ਇਸ ਇਲਾਕੇ 'ਚ ਬੋਲੀ ਜਾਂਦੀ ਹੈ ਉਹਦਾ ਉਹਦੀਆਂ ਵਨਗੀਆਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮਿਲਦੀਆਂ ਹਨ ਇੱਕ ਥਾਂ 'ਤੇ ਕਬੀਰ ਜੀ ਕਹਿੰਦੇ ਨੇ ਕਹਾਂ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ ਇਹ ਮੇਰੀ ਮੈਂ ਕਬੀਰ ਜੀ ਦੀ ਰਚਨਾ ਮੈਨੂੰ ਬਹੁਤ ਮੁਤਾਸਰ ਕਰਦੀ ਹੈ ਕਿ ਜਰਾ ਜੇ ਚਾਰ ਪੈਸੇ ਆ ਜਾਣ ਜੇਬ 'ਚ ਤਾਂ ਫਿਰ ਧੋਰ ਬਦਲ ਜਾਂਦੀ ਹੈ ਥੋੜ੍ਹੀ ਜਿਹੀ ਸੱਤਾ ਆ ਜਾਵੇ ਧੋਰ ਬਦਲ ਜਾਂਦੀ ਹੈ ਜਾਂ ਕੋਈ ਅਹੁਦਾ ਮਿਲ ਜਾਵੇ ਥੋੜ੍ਹਾ ਜਿਹਾ ਤਾਂ ਬੰਦੇ ਦੀ ਧੋਰ ਬਦਲ ਜਾਂਦੀ ਹੈ ਬੰਦੇ ਦਾ ਸੁਭਾਅ ਬਦਲ ਜਾਂਦਾ ਪਤਾ ਲੱਗਦਾ ਇਹਦੇ ਕੋਲ ਕੁਝ ਆ ਗਿਆ ਥੋੜ੍ਹੇ ਦਿਨਾਂ ਪਹਿਲਾਂ ਕਹਿੰਦਾ ਕਹਾਂ ਨਰ ਗਰਬਸ ਥੋੜ੍ਹੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ ਥੋੜ੍ਹਾ ਜਿਹਾ ਘਰ ਪੱਠੇ ਆ ਜਾਣ ਥੋੜ੍ਹੇ ਜਿਹੇ ਚਾਰ ਪੈਸੇ ਜੇਬ 'ਚ ਹੋਣ ਤਾਂ ਹੁਣ ਚਾਲ 'ਚ ਫਰਕ ਪੈ ਗਿਆ ਹੁਣ ਐਡੋ ਟੇਡੋ ਜਾਤ ਹੁਣ ਥੋੜ੍ਹਾ ਜਿਹਾ ਉਹਦੇ ਸੁਭਾਅ 'ਚ ਬਦਲਾਅ ਨਜ਼ਰ ਆਉਂਦਾ ਪਰ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀ ਪਲੂਰਲਿਜ਼ਮ ਹੈ ਉਸ ਨਜ਼ਰੀਏ ਨਾਲ ਅਗਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇਖਦਾ ਤਾਂ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਇਹਦੇ ਵਿੱਚ ਬੋਲੀਆਂ ਦਾ ਪਲੂਰਲਿਜ਼ਮ ਇਹਦੇ ਵਿੱਚ ਜਿਹੜੇ ਕੰਟਰੀਬਿਊਟਰ ਨੇ ਉਹਨਾਂ ਦਾ ਪਲੂਰਲਿਜ਼ਮ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀਕਾਰ ਨੇ ਉਹਨਾਂ ਦਾ ਪਲੂਰਲਿਜ਼ਮ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਸੰਦੇਸ਼ ਵਿੱਚ
ਜਦੋਂ ਮੈਂ ਦੇਖਦਾ ਬਾਰ ਬਾਰ ਪਲੂਰਲਿਜ਼ਮ ਦੀ ਗੱਲ, ਬਾਰ ਬਾਰ ਡਾਈਵਰਸਿਟੀ ਦੀ ਗੱਲ, ਬਾਰ ਬਾਰ ਉਸ ਖੂਬਸੂਰਤੀ ਦੀ ਗੱਲ ਜਿਹੜੀ ਹੈ ਮੈਨੂੰ ਦਰਜ ਹੋਈ ਨਜ਼ਰ ਆਉਂਦੀ ਹੈ। ਪਰ ਮੈਂ ਇੱਥੇ ਇੱਕ ਗੱਲ ਕਰਨਾ ਚਾਹਾਂਗਾ ਕਿ ਪਲੂਰਲਿਜ਼ਮ ਜਿਹੜਾ ਹੈ ਉਸਨੂੰ ਬਚਾਉਣਾ ਔਰ ਪਲੂਰਲਿਜ਼ਮ ਜਿਹੜਾ ਹੈ ਉਸਨੂੰ ਸ਼ਕਤੀਸ਼ਾਲੀ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਪਲੂਰਲਿਜ਼ਮ ਨੂੰ ਸ਼ਕਤੀਸ਼ਾਲੀ ਨਹੀਂ ਕਰ ਪਾਵਾਂਗੇ, ਉਹਦੀ ਹਿਫਾਜ਼ਤ ਨਹੀਂ ਕਰ ਪਾਵਾਂਗੇ, ਬਦਕਿਸਮਤੀ ਹਮੇਸ਼ਾ ਇਹੋ ਜਿਹੀ ਰਹੀ ਹੈ ਕਿ ਕੁਝ ਸ਼ਕਤੀਆਂ ਐਸੀਆਂ ਆਉਂਦੀਆਂ ਨੇ ਜਿਹੜੀਆਂ ਕੋਸ਼ਿਸ਼ ਕਰਦੀਆਂ ਨੇ ਕਿ ਜਿਹੜੀ ਵੰਨਸੁਵੰਨਤਾ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ, ਉਹਨੂੰ ਢਾਹ ਲਾਈ ਜਾਵੇ। ਔਰ ਜੋ ਮੇਰਾ ਵਿਚਾਰ ਹੈ ਉਹ ਸਾਰੇ ਮੰਨ ਲੈਣ, ਕੋਈ ਹੋਰ ਵਿਚਾਰ ਜਿਹੜਾ ਹੈ ਉਹ ਕਾਇਮ ਨਾ ਰਹਿ ਸਕੇ। ਇਹੋ ਜਿਹੀਆਂ ਕੋਸ਼ਿਸ਼ਾਂ ਕਈ ਵਾਰੀ ਹੁੰਦੀਆਂ ਨੇ ਔਰ ਮੈਨੂੰ ਇਹ ਲੱਗਦਾ ਕਿ ਇਹ ਕੋਸ਼ਿਸ਼ਾਂ ਨਾਕਾਮ ਹੋਣੀਆਂ ਚਾਹੀਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਸ਼ਕਤੀ ਦਿੱਤੀ ਹੈ, ਸਾਨੂੰ ਬਹੁਲਵਾਦ ਦੀ ਜਿਹੜੀ ਸ਼ਕਤੀ ਹੈ ਉਸਨੂੰ ਸਮਝਣਾ ਚਾਹੀਦਾ, ਬਹੁਵਾਦ ਦੀ ਜਿਹੜੀ ਸ਼ਕਤੀ ਹੈ। ਔਰ ਫਿਰ ਪਲੂਰਲਿਜ਼ਮ ਕਿਸ ਤਰ੍ਹਾਂ ਮਜ਼ਬੂਤ ਹੋ ਸਕਦਾ, ਪਲੂਰਲਿਜ਼ਮ ਕਿਸ ਤਰ੍ਹਾਂ ਅੱਗੇ ਵੱਧ ਸਕਦਾ, ਉਹਦੇ ਵਾਸਤੇ ਜਿਹੜਾ ਫਾਰਮੂਲਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮਿਲਦਾ ਉਹ ਡਾਇਲੋਗ ਦਾ, ਉਹ ਸੰਵਾਦ ਦਾ। ਸੰਵਾਦ ਰਾਹੀਂ ਪਲੂਰਲਿਜ਼ਮ ਜਿਹੜਾ ਹੈ ਉਹ ਪਰਿਪੱਕ ਹੁੰਦਾ, ਸੰਵਾਦ ਰਾਹੀਂ ਪਲੂਰਲਿਜ਼ਮ ਜਿਹੜਾ ਹੈ ਸ਼ਕਤੀਸ਼ਾਲੀ ਹੁੰਦਾ, ਔਰ ਜੇ ਸੰਵਾਦ ਨਾ ਹੋਵੇ ਤਾਂ ਪਲੂਰਲਿਜ਼ਮ ਖਤਰੇ ਦੇ ਜ਼ੋਨ ਵਿੱਚ ਆ ਜਾਂਦਾ। ਇੱਥੇ ਫਿਰ ਮੈਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਸਮਝ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਡਾਇਲੋਗ ਹੀ ਡਾਇਲੋਗ ਹੈ। ਕਿਉਂ ਡਾਇਲੋਗ ਹੈ? ਕਿਉਂਕਿ ਪਲੂਰਲਿਜ਼ਮ ਜਿਹੜਾ ਹੈ, ਬਹੁਲਵਾਦ ਜਿਹੜਾ ਹੈ, ਵੰਨਸੁਵੰਨਤਾ ਜਿਹੜੀ ਹੈ ਉਸਨੂੰ ਮਜ਼ਬੂਤ ਕਰਨਾ ਹੈ, ਉਸਦਾ ਅਹਿਸਾਸ ਜ਼ਿੰਦਾ ਰੱਖਣਾ ਹੈ। ਇਸ ਵਾਸਤੇ ਡਾਇਲੋਗ ਜਿਹੜਾ, ਸੰਵਾਦ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਕਈ ਵਾਰ ਕਹਿੰਦਾ ਕਿ ਕਿਉਂ ਪਲੂਰਲਿਟੀ ਲਈ ਸੰਵਾਦ ਜ਼ਰੂਰੀ ਹੈ, ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ। ਮੈਂ ਇਹ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਸਚਿਆਰ ਹੋਣ ਦੀ ਗੱਲ ਦੱਸਦੀ ਹੈ, ਸੱਚ 'ਤੇ ਜ਼ਿਆਦਾ ਜ਼ੋਰ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਦੇ ਨਾਲ ਕਿਸੇ ਤਰ੍ਹਾਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਸਚਿਆਰ ਹੋਣ ਲਈ ਡਾਇਲੋਗ 'ਚ ਹੋਣਾ ਜ਼ਰੂਰੀ ਹੈ। ਜਿਹੜਾ ਬੰਦਾ ਡਾਇਲੋਗ ਵਿੱਚ ਨਹੀਂ ਹੋਏਗਾ, ਸੰਵਾਦ ਵਿੱਚ ਨਹੀਂ ਹੋਏਗਾ, ਉਹਦੇ ਸਚਿਆਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਜੇ ਪਲੂਰਲਿਜ਼ਮ ਨੂੰ ਬਚਾਉਣਾ, ਜੇ ਸੱਚ ਦੀ ਗੱਲ ਕਰਨੀ ਹੈ ਤਾਂ ਸੰਵਾਦ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਰ ਵਾਰ ਸੰਵਾਦ ਦਾ ਸੰਦੇਸ਼ ਦਿੰਦੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਇਹ ਬੇਸਿਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਸਚਿਆਰ ਹੋਣਾ, ਪਰ ਸਚਿਆਰ ਹੋਣ ਲਈ ਸੰਵਾਦ ਵਿੱਚ ਰਹਿਣਾ ਜ਼ਰੂਰੀ ਹੈ, ਡਾਇਲੋਗ ਵਿੱਚ ਰਹਿਣਾ ਜ਼ਰੂਰੀ ਹੈ। ਸਚਿਆਰ ਸੰਵਾਦ ਦੀ ਸਥਿਤੀ ਹੀ ਸਚਿਆਰ ਦੀ ਸਥਿਤੀ ਹੈ। ਮੈਂ ਕਈ ਵਾਰ ਇਸ ਗੱਲ ਨੂੰ ਇਸ ਤਰ੍ਹਾਂ ਦੇਖਦਾ, ਜਿਹੜੇ ਬੰਦੇ ਸੰਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜਿਹੜੇ ਚਰਚਾ ਵਿੱਚ ਵਿਸ਼ਵਾਸ ਨਹੀਂ ਰੱਖਦੇ, ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਡਾਇਲੋਗ ਨਹੀਂ ਕਰਦੇ, ਅੰਤਰ ਧਰਮ ਸੰਵਾਦ ਦੀ ਗੱਲ ਕਰ ਲਵਾਂ ਅਤੇ ਧਾਰਮਿਕ ਤੌਰ 'ਤੇ ਵੀ ਜੇ ਸੰਵਾਦ ਨਹੀਂ ਹੁੰਦਾ ਤਾਂ ਸੱਚ ਜਾਣੋ ਸਚਿਆਰ ਨਹੀਂ ਹੋਇਆ ਜਾ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ। ਮੈਂ ਕਈ ਵਾਰ ਇਹ ਵੀ ਗੱਲ ਕਹਿੰਦਾ ਕਿ ਜਿਹੜਾ ਸੰਵਾਦ ਤੋਂ ਹੀਣਾ ਹੁੰਦਾ ਉਹ ਬੰਦਾ ਇਕਹਿਰਾ ਹੁੰਦਾ, ਉਹ ਵਨ ਸਾਈਡਿਡ ਹੁੰਦਾ, ਉਹ ਇੱਕ ਪਾਸੜ ਹੁੰਦਾ, ਔਰ ਇੱਕ ਪਾਸੜ ਬੰਦਾ ਚੰਗਾ ਨਹੀਂ ਹੁੰਦਾ। ਸੱਚੀ ਗੱਲ ਹੈ, ਜਿਹੜਾ ਬੰਦਾ ਸੰਵਾਦ ਵਿੱਚ ਨਾ ਹੋਵੇ ਉਹ ਇੱਕ ਪਾਸੜ ਹੋ ਜਾਂਦਾ, ਉਹ ਇੱਕ ਲਿਹਾਜ਼ ਨਾਲ ਮੈਂ ਕਹਿ ਸਕਦਾ ਇਕਹਿਰਾ ਹੋ ਜਾਂਦਾ, ਉਹ ਸਚਿਆਰ ਨਹੀਂ ਹੋ ਸਕਦਾ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਲੂਰਲਿਜ਼ਮ ਦੀ ਗੱਲ ਕਰਦਿਆਂ ਨਾਲ ਡਾਇਲੋਗ ਦੀ ਗੱਲ ਸਮਝਾਉਂਦੀ ਹੈ ਕਿ ਡਾਇਲੋਗ ਵਿੱਚ ਰਹਿਣਾ ਚਾਹੀਦਾ, ਇਕਹਿਰਾ ਨਹੀਂ ਹੋਣਾ ਚਾਹੀਦਾ। ਜੇ ਤੂੰ ਸੰਵਾਦ ਤੋਂ ਹੀਣਾ ਹੋ ਜਾਏਗਾ ਤੂੰ ਇਕਹਿਰਾ ਹੋ ਜਾਏਗਾ, ਇੱਕ ਪਾਸੜ ਹੋ ਜਾਏਗਾ। ਔਰ ਮੈਂ ਇਹ ਵੀ ਮੰਨਦਾ, ਮੈਂ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹਾਂ, ਜਿਹੜਾ ਬੰਦਾ ਸੰਵਾਦ 'ਚ ਨਹੀਂ ਹੁੰਦਾ ਉਹ ਬੰਦਾ ਕੱਟੜ ਹੋ ਜਾਂਦਾ, ਫੈਨੇਟਿਕ ਹੋ ਜਾਂਦਾ। ਆਮ ਤੌਰ 'ਤੇ ਜਿਹੜਾ ਫੈਨੇਟਿਕ ਬੰਦਾ ਉਹ ਹੁੰਦਾ ਜਿਹੜਾ ਬੰਦਾ ਸੰਵਾਦ ਵਿੱਚ ਨਹੀਂ ਹੁੰਦਾ, ਜਿਹੜਾ ਡਾਇਲੋਗ ਵਿੱਚ ਨਹੀਂ ਹੁੰਦਾ, ਜਿਹੜਾ ਡਾਇਲੋਗ ਦੇ ਪ੍ਰੋਸੈਸ ਵਿੱਚ ਨਹੀਂ ਵਿਚਰਦਾ, ਉਹ ਬੰਦਾ ਇੱਕ ਪਾਸੜ ਹੋ ਜਾਂਦਾ। ਉਹ ਬੰਦਾ ਕਹਿ ਸਕਦਾ ਮੈਂ ਕਿ ਤਾਨਾਸ਼ਾਹੀ ਪ੍ਰਵਿਰਤੀ ਦਾ ਹੋ ਜਾਂਦਾ। ਜਿਹੜੇ ਤਾਨਾਸ਼ਾਹ ਹੁੰਦੇ ਨੇ ਉਹ ਆਮ ਤੌਰ 'ਤੇ ਉਹ ਹੁੰਦੇ ਨੇ ਜਿਹੜੇ ਡਾਇਲੋਗ ਵਿੱਚ ਨਹੀਂ ਹੁੰਦੇ, ਜਿਹੜੇ ਡਾਇਲੋਗਹੀਣ ਹੁੰਦੇ ਨੇ, ਜਿਹੜੇ ਸੰਵਾਦਹੀਣ ਹੁੰਦੇ ਨੇ ਉਹ ਤਾਨਾਸ਼ਾਹ ਹੋ ਜਾਂਦੇ ਨੇ, ਉਹ ਦਮਨਕਾਰੀ ਹੋ ਜਾਂਦੇ ਨੇ, ਉਹ ਇੱਕ ਇੱਕ ਲਿਹਾਜ਼ ਨਾਲ ਦਮਨ ਕਰਨ ਵਾਲੇ ਹੋ ਜਾਂਦੇ ਨੇ।
ਅਨਿਆਂ ਕਰਨ ਵਾਲੇ ਹੋ ਜਾਂਦੇ ਨੇ, ਨਫ਼ਰਤ ਫੈਲਾਉਣ ਵਾਲੇ ਹੋ ਜਾਂਦੇ ਨੇ, ਜਿਹੜੇ ਬੰਦੇ ਸੰਵਾਦ ਵਿੱਚ ਨਹੀਂ ਹੁੰਦੇ। ਇਸ ਵਾਸਤੇ ਸਚਿਆਰ ਹੋਣ ਵਾਸਤੇ, ਚੰਗਾ ਬਣਨ ਵਾਸਤੇ, ਇਹ ਕਹਿ ਰਹੇ ਔਰ ਇੱਕ ਪਾਸੜ ਨਾ ਹੋ ਜਾ ਹੋ ਜਾਈਏ, ਉਸ ਲਈ ਸੰਵਾਦ ਵਿੱਚ ਰਹਿਣਾ ਬਹੁਤ ਬਹੁਤ ਜ਼ਰੂਰੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਰ ਵਾਰ ਸੰਵਾਦ ਦੀ ਗੱਲ ਕਰਦੀ ਹੈ। ਮੈਂ ਥੋੜ੍ਹੇ ਜਿਹੇ ਉਦਾਹਰਣ ਤੁਹਾਨੂੰ ਦਿਆਂਗਾ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ, ਪਰ ਫਿਰ ਵੀ ਜਿਹੜੇ ਬੰਦੇ ਸੰਵਾਦ ਵਿੱਚ ਨਹੀਂ ਹੁੰਦੇ ਉਹ ਉਲਾਰ 'ਚ ਹੁੰਦੇ ਨੇ, ਯਾਦ ਰੱਖਣਾ, ਉਹ ਉਲਾਰ 'ਚ ਹੋਣਗੇ, ਉਹ ਸਹਿਜ ਵਿੱਚ ਨਹੀਂ ਹੋ ਸਕਦੇ। ਸਹਿਜ ਵਿੱਚ ਉਹੀ ਹੋਏਗਾ ਜਿਹੜਾ ਸੰਵਾਦ ਵਿੱਚ ਹੋਏਗਾ, ਜਿਹੜਾ ਡਾਇਲੋਗ ਵਿੱਚ ਹੋਏਗਾ। ਜਿਹੜਾ ਨਹੀਂ ਸੰਵਾਦ ਵਿੱਚ, ਉਹ ਤੰਗ ਨਜ਼ਰੀਏ ਵਾਲਾ ਹੋਏਗਾ, ਉਹਦਾ ਦਿਲ ਛੋਟਾ ਹੋਏਗਾ, ਉਹਦਾ ਸੋਚਣੀ ਛੋਟੀ ਹੋ ਜਾਏਗੀ। ਜਿਹੜਾ ਬੰਦਾ ਸੰਵਾਦ ਵਿੱਚ, ਮੈਂ ਤਾਂ ਹਜ਼ਾਰ ਵਾਰ ਨਤਮਸਤਕ ਹੁੰਦਾ ਗੁਰੂ ਨਾਨਕ ਪਾਤਸ਼ਾਹ ਨੂੰ, ਸਾਰੀ ਜ਼ਿੰਦਗੀ ਸੰਵਾਦ। 30 ਸਾਲ ਘਰੋਂ ਬਾਹਰ ਰਹਿ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਕੀ ਹੈ? ਹਰ ਜਗ੍ਹਾ ਸੰਵਾਦ ਰਚਾਇਆ, ਹਰ ਜਗ੍ਹਾ ਸੰਵਾਦ ਵਿੱਚ ਨੇ ਗੁਰੂ ਨਾਨਕ ਪਾਤਸ਼ਾਹ। ਸੰਵਾਦ ਦੀ ਜਾਂਚ ਦੱਸੀ ਹੈ, ਸੰਵਾਦ ਹੋਣਾ ਕਿੱਦਾਂ, ਸਿੱਧ ਗੋਸ਼ਟ ਧਿਆਨ ਨਾਲ ਬੈਠ ਕੇ ਪੜ੍ਹ ਲਓ, ਪਤਾ ਲੱਗ ਜਾਏਗਾ ਸੰਵਾਦ ਹੁੰਦਾ ਕੀ ਹੈ। ਵਿਵਾਦ ਨਹੀਂ, ਵਿਵਾਦ ਦੀ ਫਿਤਰਤ ਤਾਂ ਸਾਡੇ 'ਚ ਬੜੀ ਪੁਰਾਣੀ ਹੈ ਕਿ ਤੇਰੇ ਤੋਂ ਜ਼ਿਆਦਾ ਮੈਂ ਜਾਣਦਾ, ਆ ਆਪਾਂ ਬਹਿਸ ਕਰੀਏ। ਬਹਿਸ ਨਹੀਂ, ਸੰਵਾਦ ਹੈ। ਸੰਵਾਦ ਦਾ ਅਰਥ ਹੁੰਦਾ ਹੈ ਮੈਂ ਕਿਸੇ ਸਮਨਵੇ, ਕਿਸੇ ਸਦਭਾਵ, ਕਿਸੇ ਪਿਆਰ, ਕਿਸੇ ਮੁਹੱਬਤ, ਕਿਤੇ ਸਚਿਆਰ ਹੋਣ ਦੀ ਗੱਲ ਕਰ ਰਿਹਾ ਹਾਂ, ਤਾਂ ਮੈਂ ਸੰਵਾਦ 'ਚ ਹੁੰਦਾ। ਜਦੋਂ ਮੈਂ ਵਿਵਾਦ 'ਚ ਹੁੰਦਾ, ਮੈਂ ਤੈਨੂੰ ਟਾ ਲਊਂਗਾ, ਮੈਂ ਤੇਰਾ ਰਹਿਣ ਕੱਖ ਨਹੀਂ ਦੇਣਾ, ਉਹ ਵਿਵਾਦ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਸਾਹਿਬਾਨ ਕਦੀ ਵਿਵਾਦ ਦੀ ਗੱਲ ਨਹੀਂ ਕਰਦੇ। ਉਹ ਕਹਿੰਦੇ ਨੇ ਸੰਵਾਦ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਸਚਿਆਰ ਤੱਕ ਪਹੁੰਚਣਾ, ਸੱਚ ਤੱਕ ਪਹੁੰਚਣਾ। ਇਸ ਵਾਸਤੇ ਸੰਵਾਦ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਮੋਟੀ ਗੱਲ ਫਿਰ ਕਹਾਂਗਾ ਕਿ ਜਿਹੜਾ ਸੰਵਾਦ 'ਚ ਨਹੀਂ ਹੁੰਦਾ ਉਹ ਤਾਨਾਸ਼ਾਹ ਹੋ ਜਾਂਦਾ ਹੈ। ਜਿਹੜਾ ਬੰਦਾ ਕਿਸੇ ਦੀ ਗੱਲ ਨਾ ਸੁਣੇ ਨਾ, ਉਹ ਸਮਝ ਲੈਣਾ ਕਿ ਇਹ ਸੰਵਾਦਹੀਣ ਹੈ। ਇਹਦੇ ਵਿੱਚ ਜਿਹੜੀਆਂ ਫੈਨੇਟਿਕ ਟੈਂਡੈਂਸੀਜ਼ ਨੇ ਉਹਨਾਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ, ਤੰਗ ਦਿਲੀ ਵਧਣ ਦੀ ਸੰਭਾਵਨਾ ਹੁੰਦੀ ਹੈ, ਸੰਕੀਰਣਤਾ ਉਹਦੀ ਪਛਾਣ ਹੋ ਜਾਂਦੀ ਹੈ, ਛੋਟਾਪਣ ਉਹਦੀ ਪਛਾਣ ਹੋ ਜਾਂਦੀ ਹੈ। ਛੋਟੀ ਛੋਟੀ ਗੱਲ 'ਤੇ ਉਹ ਉਲਾਰ ਵਿੱਚ ਆ ਜਾਂਦਾ। ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਵਾਰ ਵਾਰ ਸਮਝਾਉਂਦੀ ਹੈ ਕਿ ਸੰਵਾਦ ਵਿੱਚ ਰਹਿਣਾ ਚਾਹੀਦਾ। ਦੋ ਗੱਲਾਂ ਸੰਵਾਦ ਵਾਸਤੇ, ਦੋ ਸਿਧਾਂਤ ਆਪਾਂ ਸਾਰੇ ਜਾਣਦੇ ਵੀ ਹੋਵਾਂਗੇ, ਗੁਰੂ ਗ੍ਰੰਥ ਸਾਹਿਬ ਜੀ ਬਾਣੀ 'ਚ ਨੇ। ਇੱਕ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇਹ ਨਾ ਹੋਵੇ ਕਿ ਮੈਂ ਹੀ ਉਹ ਲੈਕਚਰ ਦੇ ਰਿਹਾ, ਹੋਰ ਕੋਈ ਨਹੀਂ ਦੇਗਾ, ਇਹ ਨਹੀਂ ਗੱਲ ਹੈਗੀ। ਕਿਛ ਸੁਣੀਏ ਕਿਛ ਕਹੀਏ, ਮੈਂ ਸੁਣਾ, ਔਰ ਮੈਂ ਇਹਨੂੰ ਇੱਦਾਂ ਵੀ ਕਹਿ ਸਕਦਾ ਕਿ ਸੁਣਨਾ ਪਹਿਲੇ ਆਇਆ ਅਤੇ ਕਹਿਣਾ ਬਾਅਦ ਵਿੱਚ ਆਇਆ। ਇਹ ਵੀ ਗੱਲ ਨੋਟ ਕਰਨ ਵਾਲੀ ਹੈ, ਕਿਛ ਸੁਣੀਏ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ। ਇਹ ਨਹੀਂ ਕਿ ਮੈਂ ਸਿਰਫ ਕਹਿਣਾ ਹੀ ਕਹਿਣਾ, ਮੈਂ ਸੁਣਨਾ ਨਹੀਂ ਕਿਸੇ, ਨਹੀਂ, ਸੰਵਾਦ ਵਿੱਚ ਰਹਿਣਾ। ਤਾਂ ਉਸ ਲਈ ਕਿਛ ਸੁਣੀਏ ਕਿਛ ਕਹੀਏ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਫਿਰ ਸੰਵਾਦ ਦਾ ਇੱਕ ਹੋਰ ਸੂਤਰ ਹੈ, ਵਿਦਵਾਨ ਸੱਜਣ ਕਹਿੰਦੇ ਨੇ, ਸਾਂਝ ਕੀਜੈ ਕਰੀਜੈ ਗੁਣੈ ਕੇਰੀ, ਛਾੜ ਔਗਣ ਚੱਲੀਏ। ਸੰਵਾਦ ਹੁੰਦਾ ਸਿਮਿਲਰਿਟੀਜ਼ ਨੂੰ ਲੱਭਣਾ ਔਰ ਡਿਸਸਿਮਿਲਰਿਟੀਜ਼ ਨੂੰ ਇਗਨੋਰ ਕਰ ਦੇਣਾ, ਡਿਸਸਿਮਿਲਰਿਟੀ ਨੂੰ ਪਛਾਂ ਕਰ ਦੇਣਾ। ਜਿਹੜੀਆਂ ਸਿਮਿਲਰਿਟੀਜ਼ ਨੇ, ਜਿਹੜੀਆਂ ਸਮਾਨਤਾਵਾਂ ਨੇ, ਉਹਨਾਂ ਨੂੰ ਪ੍ਰੀਫਰੈਂਸ ਦੇਣੀ, ਇਹ ਸੰਵਾਦ ਦੀ ਸਭ ਤੋਂ ਵੱਡੀ ਖਾਸੀਅਤ ਹੈ। ਮੈਂ ਤੁਹਾਨੂੰ ਕੁਝ ਉਦਾਹਰਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਵਾਦ ਦੇ ਦਿਆਂਗਾ। ਔਰ ਸੱਚ ਜਾਣਾ, ਮੈਂ ਆਸ਼ਿਕ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੁੰਦੇ ਸੰਵਾਦ ਦਾ। ਇੱਕ ਰਚਨਾ ਕਬੀਰ ਜੀ ਦੀ ਹੈ, ਔਰ ਇਹ ਕਬੀਰ ਜੀ ਦੀ ਰਚਨਾ ਸੰਵਾਦ ਨੂੰ ਰਜਿਸਟਰ ਕਰ ਰਹੀ ਹੈ, ਜਿਹੜਾ ਸੰਵਾਦ ਉਹਨਾਂ ਤੋਂ ਪਹਿਲੇ ਹੋਇਆ ਹੈ। ਔਰ ਉਹ ਸੰਵਾਦ ਹੈ ਭਗਤ ਨਾਮਦੇਵ ਔਰ ਤ੍ਰਿਲੋਚਨ ਵਿਚਕਾਰ, ਔਰ ਕਬੀਰ ਜੀ ਉਸਨੂੰ ਦਰਜ ਕਰਦੇ ਪਏ ਆਪਣੀ ਬਾਣੀ 'ਚ। ਤਾਂ ਕਿਸ ਤਰ੍ਹਾਂ ਦਾ ਸੰਵਾਦ ਹੋ ਗਿਆ, ਦੋ ਭਗਤਾਂ ਦੇ ਵਿਚਲਾ ਸੰਵਾਦ ਹੈ, ਔਰ ਕਬੀਰ ਜੀ ਦੇ ਸਲੋਕਾਂ ਵਿੱਚ, ਕਬੀਰ ਜੀ ਦੀ ਬਾਣੀ ਵਿੱਚ ਉਹ ਸੰਵਾਦ ਦਰਜ ਹੈ। ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਗੱਲਬਾਤ ਹੋ ਰਹੀ ਹੈ ਤ੍ਰਿਲੋਚਨ ਭਗਤ ਵਿੱਚ ਔਰ ਨਾਮਦੇਵ ਵਿੱਚ। ਨਾਮਾ ਕਹੇ ਤ੍ਰਿਲੋਚਨਾ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਏ ਲੈ ਰਾਮ ਨਾ ਲਾਵੋ ਚੀਤ। ਕਹਿੰਦੇ ਕੀ ਹੋ ਗਿਆ, ਨਾਮਾ ਮਾਇਆ ਨੇ ਮੋਹ ਲਿਆ, ਅੱਜ ਕੱਲ੍ਹ ਦੇਹ ਛਾਪੇ ਲਾਈ ਜਾਂਦਾ, ਆਪਣਾ ਕੰਮ ਕਰੀ ਜਾਂਦਾ, ਉਹ
ਜਿਹੜਾ ਕੱਪੜੇ ਦਾ ਕੰਮ ਭਗਤ ਨਾਮਦੇਵ ਜੀ ਕਰਦੇ ਨੇ, ਛਪਾਈ ਦਾ ਕੰਮ ਹੋ ਰਿਹਾ, ਬਹੁਤ ਕੰਮ ਕਰਦੇ ਨਾਮਾ, ਕੀ ਗੱਲ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੀਤ। ਅੱਜ ਕੱਲ੍ਹ ਕੀ ਗੱਲ, ਸਿਮਰਨ ਭਗਤੀ ਹੈਂ, ਪਰਮਾਤਮਾ ਦੀ ਯਾਦ ਛੱਡ ਦਿੱਤੀ ਹੈ, ਸਾਰੇ ਦਿਨ ਤੂੰ ਕੰਮ ਕਰਦਾ ਹੈ। ਅਤੇ ਨਾਮਦੇਵ ਜਵਾਬ ਦਿੰਦੇ ਨੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਓ ਕਰ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਡਾਇਲੋਗ ਤਰਲੋਚਨ ਭਗਤ ਔਰ ਨਾਮਦੇਵ ਭਗਤ ਵਿਚਕਾਰ ਹੋਇਆ। ਕਬੀਰ ਜੀ ਮੁਤਾਬਕ ਕਬੀਰ ਜੀ ਉਸ ਡਾਇਲੋਗ ਨੂੰ, ਦੋ ਭਗਤਾਂ ਦੇ ਵਿੱਚ ਹੋਏ ਡਾਇਲੋਗ ਨੂੰ ਆਪਣੇ ਸ਼ਬਦਾਂ ਵਿੱਚ, ਆਪਣੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਨੇ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੀਤ। ਅਤੇ ਨਾਮਦੇਵ ਕਹਿੰਦੇ ਨੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੱਕ ਫਲਸਫਾ ਵੀ ਦੇ ਦਿੱਤਾ ਹੈ ਇਸ ਡਾਇਲੋਗ ਨੂੰ ਨੋਟ ਕਰਕੇ ਭਗਤ ਕਬੀਰ ਜੀ ਨੇ ਇੱਕ ਫਲਸਫਾ ਦੇ ਦਿੱਤਾ ਹੈ ਕਿ ਹੱਥੀਂ ਪੈਰੀਂ ਸਾਰੇ ਕੰਮ ਕਰੀ ਜਾ ਔਰ ਆਪਣਾ ਚਿੱਤ ਜਿਹੜਾ ਹੈ ਉਹ ਅਕਾਲ ਪੁਰਖ ਦੇ ਚਰਨਾਂ ਨਾਲ ਜੋੜੀ ਰੱਖ। ਇਹ ਜ਼ਿੰਦਗੀ ਹੈ, ਇਹ ਤਰਜ਼ੇ ਜ਼ਿੰਦਗੀ ਹੈ, ਜਿਹੜੀ ਆਈਡੀਅਲ ਤਰਜ਼ੇ ਜ਼ਿੰਦਗੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਉਹ ਇਹ ਸਾਨੂੰ ਮਿਲਦੀ ਹੈ। ਪਰ ਇੱਥੇ ਮੈਂ ਡਾਇਲੋਗ ਦੀ ਗੱਲ ਕਰ ਰਿਹਾ ਕਿ ਕਬੀਰ ਜੀ ਤ੍ਰਿਲੋਚਨ ਭਗਤ ਔਰ ਨਾਮਦੇਵ ਭਗਤ ਦੇ ਵਿਚਕਾਰ ਹੋਏ ਡਾਇਲੋਗ ਨੂੰ ਆਪਣੇ ਨਾਲ ਸੰਵਾਦ ਰਚਾ ਕੇ ਆਪਣੀ ਬਾਣੀ ਵਿੱਚ ਦਰਜ ਕਰਦੇ ਨੇ। ਬਹੁਤ ਸਾਰੇ, ਇੱਕ ਕਮਾਲ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਗੁਰੂ ਨਾਨਕ ਪਾਤਸ਼ਾਹ ਦੋ ਵਾਰ ਪਾਕ ਪੱਤਣ ਗਏ ਨੇ। ਸਾਖੀਕਾਰ ਕਈ ਕਹਿੰਦੇ ਨੇ ਕਿ ਦੋ ਵਾਰ ਗੁਰੂ ਨਾਨਕ ਗਏ ਨੇ, ਇੱਕ ਵਾਰ ਤਾਂ ਪੱਕਾ ਗਏ ਨੇ। ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਪਾਕ ਪੱਤਣ, ਗੱਦੀ 'ਤੇ ਜਿਹੜਾ ਉਸ ਵੇਲੇ ਬੈਠਾ ਹੋਇਆ ਸ਼ੇਖ ਇਬਰਾਹੀਮ ਹੈ, ਉਸ ਸ਼ੇਖ ਇਬਰਾਹੀਮ ਨੂੰ ਗੁਰੂ ਨਾਨਕ ਪਾਤਸ਼ਾਹ ਮਿਲਣਾ ਚਾਹੁੰਦੇ ਨੇ। ਬਾਹਰ ਬੈਠ ਕੇ ਮਰਦਾਨੇ ਨੂੰ ਕਹਿੰਦੇ ਨੇ ਜੰਗਲ ਵਿੱਚ ਕਿ ਬਈ ਚੱਲ ਰਬਾਬ ਛੇੜ, ਬਾਣੀ ਆਈ ਹੈ ਔਰ ਉੱਥੇ ਗਾਇਨ ਸ਼ੁਰੂ ਹੋ ਜਾਂਦਾ ਹੈ। ਉਹ ਬਹੁਤ ਖੂਬਸੂਰਤ ਰਚਨਾ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਹੈ ਉਹ ਗਾਈ ਜਾ ਰਹੀ ਹੈ। ਉਹ ਰਚਨਾ ਸੁਣ ਕੇ ਇੱਕਦਮ ਜਿਹੜਾ ਸ਼ੇਖ ਇਬਰਾਹੀਮ ਦਾ ਸੈਕਿੰਡ ਇਨ ਕਮਾਂਡ ਹੈ ਸ਼ੇਖ ਕਮਾਲ, ਉਹ ਸੁਣ ਕੇ ਬੜਾ ਪ੍ਰਭਾਵਿਤ ਹੁੰਦਾ ਹੈ। ਉਹ ਦੌੜ ਕੇ ਜਾ ਕੇ ਸ਼ੇਖ ਇਬਰਾਹੀਮ ਨੂੰ ਦੱਸਦਾ ਹੈ ਕਿ ਇੱਕ ਬਾਬਾ ਆਇਆ, ਉਹਦੇ ਨਾਲ ਇੱਕ ਰਬਾਬੀ ਹੈ ਔਰ ਬਹੁਤ ਖੂਬਸੂਰਤ ਰਚਨਾ ਉਹ ਗਾ ਰਿਹਾ ਔਰ ਉਹ ਕਹਿ ਰਿਹਾ ਕਿ ਇੱਕੋ ਇੱਕ ਪਰਮਾਤਮਾ ਹੈ, ਦੂਜਾ ਨਹੀਂ ਹੈ ਕੋਈ, ਇਹੋ ਜਿਹੀ ਰਚਨਾ ਗਾ ਰਿਹਾ। ਔਰ ਫਿਰ ਸ਼ੇਖ ਇਬਰਾਹੀਮ ਪ੍ਰਭਾਵਿਤ ਹੁੰਦਾ, ਉਹ ਆ ਕੇ ਗੁਰੂ ਨਾਨਕ ਨੂੰ ਕਹਿੰਦਾ ਹੈ ਕਿ ਤੂੰ ਆ ਮੇਰੇ ਅਸਥਾਨ 'ਤੇ, ਬਾਬਾ ਫਰੀਦ ਦੇ ਅਸਥਾਨ 'ਤੇ ਆਓ। ਗੁਰੂ ਨਾਨਕ ਪਾਤਸ਼ਾਹ ਉੱਥੇ ਚਲੇ ਜਾਂਦੇ, ਸਾਖੀਕਾਰਾਂ ਨੇ ਬਹੁਤ ਲੰਮਾ ਉਹਦਾ ਜ਼ਿਕਰ ਕੀਤਾ। ਆਖਿਰ ਵਿੱਚ ਸ਼ੇਖ ਇਬਰਾਹੀਮ ਜਿਹੜਾ ਬਹੁਤ ਪ੍ਰਭਾਵਿਤ ਹੁੰਦਾ ਔਰ ਬਾਬਾ ਫਰੀਦ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੂੰ ਸੌਂਪ ਦਿੰਦਾ। ਜਨਮ ਸਾਖੀਆਂ ਇਹ ਕਹਿੰਦੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਬਾਣੀ ਸ਼ੇਖ ਇਬਰਾਹੀਮ ਨੇ ਬਾਬਾ ਫਰੀਦ ਦੀ ਦੇ ਦਿੱਤੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਉਸ ਬਾਣੀ ਨੂੰ ਸੰਭਾਲ ਕੇ ਰੱਖਿਆ, ਸਾਂਭਿਆ ਔਰ ਫਿਰ ਪੰਜਵੇਂ ਗੁਰੂ ਤੱਕ ਉਹ ਬਾਣੀ, ਪੰਜਵੇਂ ਗੁਰੂ ਨੇ ਉਸ ਬਾਣੀ ਨੂੰ ਦਰਜ ਕਰ ਦਿੱਤਾ, ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ। ਪਰ ਇਨ ਬਿਟਵੀਨ ਇੱਕ ਹੋਰ ਕਮਾਲ ਦੀ ਗੱਲ ਵਾਪਰ ਰਹੀ ਹੈ ਕਿ ਗੁਰੂ ਸਾਹਿਬਾਨ ਜਿਹੜੇ ਨੇ ਉਹ ਬਾਬਾ ਫਰੀਦ ਦੀ ਬਾਣੀ ਨਾਲ ਸੰਵਾਦ ਕਰ ਰਹੇ ਨੇ। ਬਾਬਾ ਫਰੀਦ ਤਾਂ ਹੈ ਨਹੀਂ, ਬਾਬਾ ਫਰੀਦ 12ਵੀਂ ਸ਼ਤਾਬਦੀ 'ਚ ਨੇ ਔਰ 15ਵੀਂ 16ਵੀਂ ਸ਼ਤਾਬਦੀ ਵਿੱਚ ਰਚਨਾਵਾਂ ਹੋ ਰਹੀਆਂ ਨੇ। ਰਚਨਾਵਾਂ ਕਿਹੜੀਆਂ ਹੋ ਰਹੀਆਂ ਨੇ ਕਿ ਬਾਬਾ ਫਰੀਦ ਦੀ ਬਾਣੀ ਦਾ ਇੱਕ ਸਲੋਕ ਸਾਹਮਣੇ ਰੱਖ ਕੇ ਔਰ ਗੁਰੂ ਸਾਹਿਬ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਉਹਦੇ ਨਾਲ ਸੰਵਾਦ ਰਚਾ ਰਹੇ ਨੇ। ਉਹ ਜੋ ਬਾਣੀ ਬਾਬਾ ਫਰੀਦ ਦੀ ਹੈ ਉਸ ਸਲੋਕ ਨੂੰ ਪੜ੍ਹ ਕੇ ਉਹਦੇ ਨਾਲ ਬਾਣੀ ਦੇ ਨਾਲ ਸੰਵਾਦ ਹੋ ਰਿਹਾ ਔਰ 200-300 ਸਾਲ ਬਾਅਦ। ਇਹ ਡਾਇਲੋਗ ਦਾ ਰੂਪ ਮੈਨੂੰ ਬਹੁਤ ਘੱਟ, ਮੈਂ ਨਹੀਂ ਕਿਧਰੇ ਵੀ ਦੇਖਿਆ ਕਿ ਜਿਸ ਤਰ੍ਹਾਂ ਭਗਤ ਕਬੀਰ ਜੀ ਭਗਤ ਤ੍ਰਿਲੋਚਨ ਅਤੇ ਨਾਮਦੇਵ ਦੇ ਸੰਵਾਦ ਨੂੰ ਆਪਣੀ ਬਾਣੀ 'ਚ ਦਰਜ ਕਰ ਰਹੇ ਨੇ, ਇੱਥੇ ਬਾਬਾ ਫਰੀਦ ਦੀ ਬਾਣੀ ਨਾਲ ਸੰਵਾਦ ਗੁਰੂ ਨਾਨਕ ਪਾਤਸ਼ਾਹ ਰਚਾ ਰਹੇ ਨੇ, ਗੁਰੂ ਅਮਰਦਾਸ ਪਾਤਸ਼ਾਹ ਰਚਾ ਰਹੇ ਨੇ ਔਰ ਉਹ ਬਾਣੀ ਜਿਹੜੀ ਹੈ ਫਿਰ ਉਹ ਜਿਹੜਾ ਡਾਇਲੋਗ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਦੇਖੋ ਇੱਕ ਸਲੋਕ ਹੈ, ਪਾੜ ਪਟੋਲਾ ਤਜ ਕਰੀ ਕੰਬਲ ਲਈ ਪਹਿਰਿਓ, ਜਿੰਨੀ ਵੇਸੀ ਸੋਹ ਮਿਲੈ ਸਹੀ ਵੇਸ ਕਰਿਓ। ਇਹ ਬਾਬਾ ਫਰੀਦ ਦਾ ਸਲੋਕ ਹੈ ਔਰ ਇਹ ਬਾਬਾ ਗੁਰੂ ਨਾਨਕ ਲੈ ਕੇ ਆਏ ਨੇ ਬਾਣੀ ਸ਼ੇਖ ਇਬਰਾਹੀਮ ਕੋਲੋਂ। ਪਾੜ ਪਟੋਲਾ ਤਜ ਕਰੀ ਕੰਬਲ ਲਈ ਪਹਿਰਿਓ, ਜਿੰਨੀ ਵੇਸੀ ਸੋਹ ਮਿਲੈ ਸਹੀ ਵੇਸ ਕਰਿਓ। ਬਾਬਾ ਫਰੀਦ ਇੱਕ ਸ਼ਲੋਕ ਦਾ ਉਚਾਰਨ ਕਰਦੇ ਨੇ, ਉਹ ਸ਼ਲੋਕ ਬਾਬੇ ਨਾਨਕ ਕੋਲ ਹੈ, ਗੁਰੂ ਸਾਹਿਬਾਨ ਕੋਲ ਹੈ।
ਉਹਦੇ ਉਹਦੇ ਨਾਲ ਸੰਵਾਦ ਰਚਾ ਕੇ ਇੱਕ ਸ਼ਲੋਕ ਦੀ ਰਚਨਾ ਕੀਤੀ ਗਈ। ਅਗਲੇ ਸ਼ਲੋਕ ਦੀ ਕਾਏ ਪਟੋਲਾ ਕਮਲੜੀ ਪਹਿਰਿਓ, ਘਰ ਹੀ ਬੈਠਿਆਂ ਸਹੁ ਮਿਲੇ ਜੇ ਨੀਅਤ ਰਾਸ ਕਰਿਓ। ਸੰਵਾਦ ਹੋ ਗਿਆ, ਬਾਣੀ ਨਾਲ ਸੰਵਾਦ, ਸ਼ਲੋਕ ਨਾਲ ਸੰਵਾਦ, ਜਿਹੜਾ ਜਿਹੜੀ ਬਾਣੀ 200-300 ਸਾਲ ਪਹਿਲਾਂ ਆਈ ਹੈ ਉਹਦੇ ਨਾਲ, ਉਹਦੇ ਨਾਲ ਗੁਰੂ ਸਾਹਿਬਾਨ ਸੰਵਾਦ ਕਰਦੇ ਪਏ ਨੇ, ਡਾਇਲੋਗ ਕਰਦੇ ਪਏ ਨੇ। ਇੱਕ ਸ਼ਲੋਕ ਹੈ ਪਹਿਲੇ ਪੈਰੇ ਫੁੱਲੜਾ, ਬਾਬਾ ਫਰੀਦ ਦਾ ਸ਼ਲੋਕ ਹੈ, ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਣ ਲਹਨ ਸੋ ਸਾਈਂ ਕੰਨੋ ਦਾਤ। ਫਰੀਦ ਬੜੀ ਵਾਰੀ ਕਹਿੰਦਾ ਉੱਠ ਫਰੀਦਾ ਉਦੂ ਸਾਜ, ਸੁਬਹਿ ਨਿਵਾਜ਼ ਗੁਜ਼ਾਰ, ਅੰਮ੍ਰਿਤ ਵੇਲੇ ਉੱਠ, ਹੈ ਨਾ। ਇੱਥੇ ਵੀ ਬਾਬਾ ਫਰੀਦ ਆਪਣੇ ਸ਼ਲੋਕ 'ਚ ਕਹਿ ਰਿਹਾ, ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਣ ਲਹਨ ਸੋ ਸਾਈਂ ਕੰਨੋ ਦਾਤ। ਜਿਹੜੇ ਜਾਗਦੇ ਨੇ ਅੰਮ੍ਰਿਤ ਵੇਲੇ, ਪਿਛਲੀ ਰਾਤ ਜਿਹੜੇ ਜਾਗਦੇ ਨੇ, ਉਹਨਾਂ ਨੂੰ ਦਾਤਾਂ ਮਿਲਦੀਆਂ ਨੇ। ਗੁਰੂ ਸਾਹਿਬ ਸੰਵਾਦ ਰਚਾ ਰਹੇ ਨੇ, ਕਿਉਂਕਿ ਇਹਦੇ ਪਿੱਛੇ ਵੀ ਇੱਕ ਫਲਸਫਾ ਹੈ। ਇੱਕ ਗੱਲ ਧਿਆਨ 'ਚ ਰੱਖਣਾ, ਜਦੋਂ ਸੰਵਾਦ ਹੁੰਦਾ ਹੈ, ਕਈ ਵਾਰੀ ਗਲਤੀ 'ਚ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਜਿਹਦੇ ਨਾਲ ਸੰਵਾਦ ਹੋ ਰਿਹਾ ਉਹਦੀ ਬਾਣੀ ਦੇ ਮੁਕਾਬਲੇ ਨਹੀਂ, ਨਾ ਹੀ ਉਸਨੂੰ ਕਿਸੇ ਕਿਸਮ ਦਾ ਉਸ 'ਤੇ ਕਮੈਂਟ ਹੁੰਦਾ ਹੈ। ਉਹ ਅਸਲ ਵਿੱਚ ਉਹਦੇ ਨਾਲ ਡਾਇਲੋਗ ਹੈ, ਉਹਦੇ ਨਾਲ ਸੰਵਾਦ ਹੈ, ਔਰ ਉਹ ਸੰਵਾਦ ਵਿੱਚੋਂ ਬਹੁਤ ਸਾਰੇ ਸਿਧਾਂਤ ਜਿਹੜੇ ਨੇ ਉਹ ਨਿਕਲਦੇ ਨੇ। ਇੱਥੇ ਜਦੋਂ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਣ ਲਹਨ ਸੋ ਸਾਈਂ ਕੰਨੋ ਦਾਤ, ਇਹਦੇ ਨਾਲ ਜੁੜਦਾ ਸ਼ਲੋਕ ਜਿਹੜਾ ਹੈ ਗੁਰੂ ਸਾਹਿਬਾਨ ਦਾ, ਰਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਹੁਣ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਗੁਰੂ ਸਾਹਿਬ ਐਡ ਕਰਦੇ ਪਏ ਨੇ, ਵਿਚਾਰ ਨੂੰ ਅੱਗੇ ਵਧਾ ਰਹੇ ਨੇ। ਅੰਮ੍ਰਿਤ ਵੇਲੇ ਉੱਠ ਕੇ ਪਿਛਲ ਰਾਤ ਜਾਗ ਕੇ ਰੱਬ ਨੂੰ ਯਾਦ ਕਰਨਾ, ਬਾਬਾ ਫਰੀਦ ਕਹਿੰਦਾ ਜਿਹੜਾ ਜਾਗਦਾ ਹੈ ਉਹਨੂੰ ਮਿਲੇਗਾ, ਪਰ ਗੁਰੂ ਸਾਹਿਬ ਐਡ ਕਰਦੇ ਨੇ, ਕਿਤੇ ਇਹ ਨਾ ਹੋ ਜਾਵੇ ਕਿ ਜਿਹੜਾ ਸਵੇਰੇ ਉੱਠਦਾ ਉਹ ਗੱਲ ਹੀ ਨਾ ਸੁਣੇ, ਕਹਿੰਦਾ ਤੂੰ ਕਿੰਨੇ ਵਜੇ ਉੱਠਦਾ, ਮੈਂ ਤਾਂ 3 ਵਜੇ ਉੱਠਦਾ। ਤਾਂ ਕਹਿੰਦੇ ਰਾਤੀ ਸਾਹਿਬ ਸੰਧੀਆਂ, ਹੈ ਨਾ, ਰਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਉਹਦੇ 'ਤੇ ਹੈ, ਰੱਬ 'ਤੇ। ਹੋ ਸਕਦਾ ਹੈ ਕਿ ਉਹਦੀ ਮਿਹਰ ਦੀ ਨਿਗਾਹ ਹੋ ਜਾਵੇ ਅਤੇ ਜਿਹੜਾ ਸੁੱਤਾ ਪਿਆ ਉਸ 'ਤੇ ਬਖਸ਼ਿਸ਼ਾਂ ਹੋ ਜਾਣ, ਅਸੀਂ ਹੁੰਦੀਆਂ ਦੇਖੀਆਂ ਵੀ ਨੇ, ਐਸੀ ਗੱਲ ਤਾਂ ਨਹੀਂ ਹੈ ਨਾ। ਤਾਂ ਅਸੀਂ ਤਾਂ ਕਹਿੰਦੇ ਨੇ ਰਾਤੀ ਸਾਹਿਬ ਸੰਧੀਆਂ, ਇਹ ਗੱਲਾਂ ਉਸ ਅਕਾਲ ਪੁਰਖ ਦੇ ਹੱਥ ਨੇ। ਹੋ ਸਕਦਾ ਹੈ ਕਿ ਕੋਈ ਜਾਗਿਆ ਨਹੀਂ, ਪਰ ਉਸ 'ਤੇ ਵੀ ਮਿਹਰ ਕਰ ਦਿੱਤੀ ਅਕਾਲ ਪੁਰਖ ਨੇ। ਸੰਵਾਦ ਰਚਾ ਰਹੇ ਨੇ ਗੁਰੂ ਸਾਹਿਬ ਬਾਬਾ ਫਰੀਦ ਦੀ ਬਾਣੀ ਨਾਲ। ਇੱਕ ਹੋਰ ਮੈਂ ਸ਼ਲੋਕ ਤੁਹਾਡੇ ਸਾਹਮਣੇ, ਬਾਬਾ ਫਰੀਦ ਦੀ ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਗਰ ਉਹਦਾ ਇਤਿਹਾਸ ਪੜ੍ਹੀਏ ਤਾਂ ਕਹਿੰਦੇ ਨੇ ਕਿ ਖੂਹ ਵਿੱਚ ਲਟਕ ਕੇ ਬਾਬਾ ਫਰੀਦ ਅਕਾਲ ਪੁਰਖ ਨੂੰ ਯਾਦ, ਕਾਏ ਪਟੋਲਾ ਪਾੜਤੀ, ਕੱਪੜੇ ਪਾੜ ਕੇ ਕਿ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਮੈਂ ਤਾਂ ਉਸ ਪਰਮਾਤਮਾ ਨੂੰ ਯਾਦ ਕਰ ਰਿਹਾ। ਇੱਕ ਸ਼ਲੋਕ ਹੋਰ ਹੈ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਮੇਰਾ ਸਰੀਰ ਤਪਦਾ ਪਿਆ, ਹੈ ਨਾ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਇਹਦੇ ਨਾਲ ਜੁੜਦਾ ਸ਼ਲੋਕ ਜਿਹੜਾ ਹੈ ਬਾਬਾ ਫਰੀਦ ਦੀ ਬਾਣੀ 'ਚੋਂ ਗੁਰੂ ਸਾਹਿਬਾਨ ਦਾ ਸ਼ਲੋਕ ਜਿਹੜਾ ਸੰਵਾਦ ਰਚਾਉਂਦਾ ਮੈਨੂੰ ਮਿਲਦਾ। ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਇਹ ਵੀ ਨਜ਼ਰੀਆ ਹੈ, ਇੱਕ ਨਜ਼ਰੀਆ ਇਹ ਹੈ ਕਿ ਮੈਂ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ, ਪੈਰ ਮੇਰੇ ਥੱਕ ਜਾਣ ਅਤੇ ਮੈਂ ਸਿਰ ਦੇ ਬਲ ਜਾਵਾਂ, ਜੇ ਮੂੰਹ ਪਿਰੀ ਮਿਲਣ, ਜੇ ਮੈਨੂੰ ਤੂੰ ਮਿਲਦਾ ਹੋਵੇ ਤਾਂ ਮੈਂ ਸਿਰ ਦੇ ਬਲ ਜਾਵਾਂ। ਪਰ ਉਹਦੇ ਨਾਲ ਸੰਵਾਦ ਰਚਾਉਂਦੀ ਗੁਰੂ ਸਾਹਿਬਾਨ ਦੀ ਬਾਣੀ ਉੱਥੇ ਹੀ ਦਰਜ ਹੈ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਹੀ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਸਿਰ ਅਤੇ ਪੈਰ ਦੇ ਝਗੜੇ 'ਚ ਨਾ ਪਈਏ, ਹੈ ਨਾ, ਅੰਦਰ ਪਿਰੀ ਸੰਭਾਲ, ਆਪਣੇ ਅੰਦਰ ਉਸ ਪਰਮਾਤਮਾ ਦੀ ਜੋਤ ਜਗਾ ਲੈ। ਕਿਉਂ ਬਾਬਾ ਫਰੀਦ ਉਹਨੂੰ ਸੰਬੋਧਨ ਕਰਕੇ ਇਹ ਰਚਨਾ ਜਿਹੜੀ ਹੈ ਗੁਰੂ ਸਾਹਿਬਾਨ ਦੀ ਹੈ। ਇੱਕ ਨਵੇਕਲੇ ਕਿਸਮ ਦਾ ਜਿਹੜਾ ਹੈ ਡਾਇਲੋਗ ਸੰਵਾਦ, ਅੰਤਰ ਧਰਮ ਸੰਵਾਦ ਦਾ ਵੇਲਾ ਹੈ ਹੁਣ, ਸਾਰੀ ਦੁਨੀਆ ਵਿੱਚ ਅੰਤਰ ਧਰਮ ਸੰਵਾਦ ਦੀ ਗੱਲ ਹੋ ਰਹੀ ਹੈ। ਮੈਨੂੰ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਔਰ ਗੁਰੂ ਨਾਨਕ ਵਿੱਚ ਸੰਵਾਦ ਹੁੰਦਾ ਦਿਖਦਾ ਪਿਆ, ਸਾਹਮਣੇ ਹੋ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਔਰ ਗੁਰੂ ਨਾਨਕ ਬਾਬਾ ਫਰੀਦ ਵਿੱਚ 200-300 ਸਾਲ ਬਾਅਦ ਸੰਵਾਦ ਹੁੰਦਾ ਨਜ਼ਰ ਆ ਰਿਹਾ। ਮੈਨੂੰ ਇੱਥੇ ਭਗਤ ਤ੍ਰਿਲੋਚਨ ਅਤੇ ਨਾਮਦੇਵ ਦਾ ਆਪਸੀ ਸੰਵਾਦ ਕਬੀਰ ਦੀ ਬਾਣੀ ਵਿੱਚ ਬਾਅਦ ਵਿੱਚ ਦਰਜ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੁੰਦਾ
ਨਜ਼ਰ ਆ ਰਿਹਾ। ਸੰਵਾਦ ਦੀ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਾਮਿਲ ਹੈ। ਮੈਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਿਆ ਸੀ, ਫਿਰ ਦੁਹਰਾਉਣਾ ਚਾਹਾਂਗਾ। ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਹਿੰਦੁਸਤਾਨੀ ਧਰਮਾਂ ਨਾਲ, ਭਾਰਤੀ ਧਰਮਾਂ ਨਾਲ ਸੰਵਾਦ ਨਹੀਂ ਰਚਾਇਆ, ਸਾਰੇ ਹਿੰਦੁਸਤਾਨੀ ਈਸਟ ਦੇ ਜਿੰਨੇ ਧਰਮ ਨੇ ਸਭ ਨਾਲ ਸੰਵਾਦ ਰਚਾਇਆ, ਪਰ ਨਾਲ ਦੇ ਨਾਲ ਸਿਮੈਟਿਕ ਟਰੈਡੀਸ਼ਨ ਨਾਲ ਵੀ ਗੁਰੂ ਨਾਨਕ ਨੇ ਸੰਵਾਦ ਕੀਤਾ। ਇਹ ਨਿਵੇਖਲਾਪਨ ਹੈ ਗੁਰੂ ਨਾਨਕ ਪਾਤਸ਼ਾਹ ਦਾ। ਗੁਰੂ ਨਾਨਕ ਪਾਤਸ਼ਾਹ ਨੇ ਯੋਗੀਆਂ ਨਾਲ, ਸਿੱਧਾਂ ਨਾਲ, ਵੇਦਾਂਤੀਆਂ ਨਾਲ, ਵੈਸ਼ਨਵਾਂ ਨਾਲ, ਬੁੱਧੀਆਂ ਨਾਲ, ਜੈਨੀਆਂ ਨਾਲ, ਸੂਫੀਆਂ ਨਾਲ, ਮੌਲਾਣਿਆਂ ਨਾਲ ਅਤੇ ਪੰਡਤਾਂ ਨਾਲ ਸਭ ਨਾਲ ਸੰਵਾਦ ਕੀਤਾ ਹੈ, ਔਰ ਲੰਮਾ ਸਮਾਂ ਸੰਵਾਦ ਕੀਤਾ ਹੈ। 30 ਸਾਲ ਦੇ ਕਰੀਬ ਸਮਾਂ ਬਣਦਾ ਗੁਰੂ ਨਾਨਕ ਪਾਤਸ਼ਾਹ ਦੀ ਸੰਵਾਦ ਯਾਤਰਾ, ਅਗਰ ਮੈਂ ਕਹਾਂ ਉਹਨੂੰ, ਜਿਹਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ। ਮੈਂ ਕਈ ਵਾਰ ਕਹਿੰਦਾ ਕਿ ਸੰਵਾਦ ਕਿੱਥੋਂ ਸ਼ੁਰੂ ਹੋਇਆ, ਮੈਂ ਤਾਂ ਨਹੀਂ ਕੁਛ ਕਹਿ ਸਕਦਾ, ਪਰ ਜਦੋਂ ਵੇਈ ਨਦੀ 'ਚੋਂ ਬਾਹਰ ਆਏ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ 'ਚੋਂ ਨਿਕਲਿਆ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਇੱਥੋਂ ਸੰਵਾਦ ਸ਼ੁਰੂ ਹੋ ਗਿਆ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਔਰ ਫਿਰ ਮੱਕੇ ਦੀ ਧਰਤੀ 'ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਤਾਂ ਸੰਵਾਦ ਹੋ ਗਿਆ, ਪੁੱਛਿਆ ਗਿਆ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤਾਂ ਬਾਬਾ ਸੰਵਾਦ ਵਿੱਚ ਹੈ ਨਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਇੱਕ ਸੰਵਾਦ ਦੀ ਪ੍ਰਕਿਰਿਆ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ। 30 ਸਾਲ ਗੁਰੂ ਨਾਨਕ, ਔਰ ਕੁਝ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਸਫ਼ਰ ਗਿਣਿਆ ਨਾਪਿਆ, ਉਹ ਕਹਿੰਦੇ ਨੇ 26,000 ਦੇ ਕਰੀਬ, 25-26,000 ਮੀਲ ਸਫ਼ਰ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਹੈ ਉਸ 30 ਸਾਲਾਂ ਦੇ ਦੌਰ ਵਿੱਚ, ਔਰ ਇਹ ਸਾਰਾ ਦਾ ਸਾਰਾ ਸਮਾਂ ਜਿਹੜਾ ਹੈ ਸੰਵਾਦ ਵਿੱਚ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸੰਵਾਦ ਕਰਦੇ ਪਏ ਨੇ। ਔਰ ਸੰਵਾਦ ਕਰਨ ਵਾਸਤੇ ਮੋਟੇ ਤੌਰ 'ਤੇ ਅਗਰ ਮੈਂ ਫਹਿਰਿਸ਼ਤ ਬਣਾਵਾਂ, ਮੁਲਤਾਨ ਗਏ ਨੇ ਬਾਬਾ ਨਾਨਕ, ਪਾਕਪਤਨ ਗਏ ਨੇ, ਹਰਿਦੁਆਰ ਗਏ ਨੇ, ਕੁਰੂਕਸ਼ੇਤਰ ਗਏ ਨੇ, ਬਨਾਰਸ ਗਏ ਨੇ, ਗਿਆ ਗਏ ਨੇ, ਪੁਰੀ ਗਏ ਨੇ, ਨੇਪਾਲ ਗਏ ਨੇ, ਸਿਲੋਨ ਗਏ ਨੇ, ਤਿੱਬਤ ਗਏ ਨੇ, ਮੱਕਾ ਗਏ ਨੇ, ਮਦੀਨਾ ਗਏ ਨੇ, ਬਗਦਾਦ ਗਏ ਨੇ, ਕਾਬੁਲ ਗਏ ਨੇ, ਔਰ ਹੋਰ ਬੜੀਆਂ ਥਾਵਾਂ 'ਤੇ ਗੁਰੂ ਨਾਨਕ ਪਾਤਸ਼ਾਹ ਗਏ। ਉਸ ਦੌਰ ਵਿੱਚ 5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਰਬਾਬੀ ਭਾਈ ਮਰਦਾਨੇ ਨੂੰ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਉਹਨੂੰ ਨਾਲ ਲੈ ਕੇ ਲਗਾਤਾਰ ਸੰਵਾਦ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਠੀਕ ਹੈ, ਬਸ ਇਹ ਇਹ ਜਿਹੜਾ ਸੰਵਾਦ ਹੈ, ਮੈਨੂੰ ਲੱਗਦਾ ਹੈ ਕਿ ਇਸ ਸੰਵਾਦ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਸੰਵਾਦ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ, ਔਰ ਇਹਦੀ ਫਹਿਰਿਸ਼ਤ ਬਣਾਉਣੀ ਚਾਹੀਦੀ ਹੈ। ਕਿੱਥੇ ਸੰਵਾਦ ਬੋਧੀਆਂ ਨਾਲ ਹੋ ਰਿਹਾ, ਕਿੱਥੇ ਸੰਵਾਦ ਜੈਨੀਆਂ ਨਾਲ ਹੋਇਆ, ਕਿੱਥੇ ਸੰਵਾਦ ਸਿੱਧਾਂ ਨਾਲ ਹੋਇਆ, ਕਿੱਥੇ ਸੰਵਾਦ, ਮੈਂ ਕਈ ਵਾਰੀ ਦੇਖਦਾ ਕਬੀਰ ਜੀ ਦੀ ਬਾਣੀ ਮੈਨੂੰ ਚੇਤੇ ਆ ਰਹੀ ਹੈ। ਕਬੀਰ ਜੀ ਕਹਿੰਦੇ ਨੇ ਕਿ ਹਜ ਕਾਬੇ ਹੂੰ ਹੋਏ ਗਿਆ, ਹਜ ਕਾਬੇ ਹੋਏ ਗਿਆ, ਕੇਤੀ ਵਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਪੀਰ। ਮੈਂ ਕਿਹਾ ਸੰਵਾਦ ਕਰਨ ਗਏ ਸਨ, ਅੱਲਾ ਨਾਲ ਮਿਲਿਆ ਹੀ ਨਹੀਂ ਉਹ ਹੈ। ਤਾਂ ਕਹਿੰਦੇ ਨੇ ਕਿ ਹਜ ਕਾਬੇ ਹੋਏ ਗਿਆ, ਕੇਤੀ ਵਾਰ ਕਬੀਰ, ਕਿੰਨੀ ਵਾਰੀ ਹਜ ਕਰਨ ਗਿਆ ਕਬੀਰ, ਹੈ ਹਜ ਕਾਬੇ ਹੋਏ ਗਿਆ, ਕੇਤੀ ਵਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਪੀਰ। ਮੇਰੇ ਨਾਲ ਬੋਲਿਆ ਹੀ ਨਹੀਂ, ਪਤਾ ਨਹੀਂ ਮੇਰੇ ਨਾਲ ਗੁੱਸੇ ਹੈ। ਫਿਰ ਕਹਿੰਦਾ ਕਬੀਰ ਕਿ ਹਜ ਕਾਬੇ ਹੂੰ ਜਾਏ ਥਾ, ਆਗੇ ਮਿਲਿਆ ਖੁਦਾਏ, ਹੁਣ ਬੋਲ ਪਿਆ ਮੇਰੇ ਨਾਲ, ਡਾਇਲੋਗ ਹੋ ਗਿਆ ਮੇਰਾ ਉਹਦੇ ਨਾਲ। ਕਹਿੰਦਾ ਹਜ ਕਾਬੇ ਹੂੰ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁੱਠ 'ਚੋਂ ਲੜ ਪੜਿਆ, ਤੁਝੇ ਕਿਹਨੇ ਫੁਰਮਾਈ ਗਾਏ, ਤੈਨੂੰ ਕਿਹਨੇ ਦੱਸਿਆ ਕਿ ਮੈਂ ਇੱਥੇ ਰਹਿੰਦਾ, ਮੈਂ ਤਾਂ ਸਾਰੀ ਦੁਨੀਆ 'ਚ ਵੱਸਦਾ ਪਿਆ, ਕਿਤੇ ਤੂੰ ਤੁਰ ਕੇ ਇੱਥੇ ਆ ਗਿਆ। ਤਾਂ ਮੈਨੂੰ ਬਹੁਤ ਖੂਬਸੂਰਤ ਡਾਇਲੋਗ ਦੇ ਉਦਾਹਰਣ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮਿਲਦੇ ਨੇ। ਮੈਂ ਫਿਰ ਕੰਕਲੂਡ ਕਰਦੇ ਹਾਂ, ਆਪਣੀ ਗੱਲ ਕਹਿਣੀ ਚਾਹਾਂਗਾ ਕਿ ਪਲੂਰਲਿਜ਼ਮ ਜਿਹੜਾ ਹੈ, ਵੰਨ ਸੁਵੰਨਤਾ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੇ ਪੰਨੇ 'ਤੇ ਦਰਜ ਹੈ, ਔਰ ਵੰਨ ਸੁਵੰਨਤਾ ਕਾਇਮ ਰਹੇ, ਵੰਨ ਸੁਵੰਨਤਾ ਮਹਿਫੂਜ਼ ਰਹੇ, ਵੰਨ ਸੁਵੰਨਤਾ ਹੋਰ ਗਲੋਰੀਫਾਈ ਹੋਵੇ, ਇਹਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਨੂੰ ਡਾਇਲੋਗ ਦਾ ਸੰਕਲਪ ਦਿੱਤਾ ਹੈ ਕਿ ਮੈਨੂੰ ਸੰਵਾਦ ਵਿੱਚ ਰਹਿਣਾ ਚਾਹੀਦਾ ਹੈ, ਤਾਂ ਕਿ ਪਲੂਰਲਿਜ਼ਮ ਜਿਹੜਾ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੋਵੇ। ਮੈਂ ਇਹਨੂੰ ਇੱਦਾਂ ਵੀ ਕਹਿੰਦਾ ਕਿ 3 ਚੀਜ਼ਾਂ ਜ਼ਰੂਰੀ ਨੇ, ਜਦੋਂ ਮੈਂ ਸ਼ਾਇਦ ਬਹੁਤ ਵਾਰੀ ਇਹ ਪਹਿਲਾਂ ਕਹਿ ਚੁੱਕਾਂ ਕਿ ਪਲੂਰਲਿਜ਼ਮ ਔਰ ਸੰਵਾਦ ਵਾਸਤੇ, ਦੋਵਾਂ ਵਾਸਤੇ 3 ਚੀਜ਼ਾਂ ਜ਼ਰੂਰੀ ਨੇ। ਪਹਿਲੀ ਗੱਲ ਕਿ ਦੂਸਰਿਆਂ ਦੀ ਹੋਂਦ ਜਿਹੜੀ ਹੈ ਉਸਨੂੰ ਤਸਲੀਮ ਕਰਨਾ, ਐਕਸੈਪਟਿੰਗ ਦੀ ਆਈਡੈਂਟੀ ਆਫ ਅਦਰਸ, ਤਾਂ ਪਲੂਰਲਿਜ਼ਮ ਹੋਏਗਾ, ਪਲੂਰਲਿਜ਼ਮ ਤਾਂ ਬਚੇਗਾ ਹੈ ਜਦੋਂ ਮੈਂ ਐਕਸੈਪਟ ਕਰਾਂਗਾ ਆਈਡੈਂਟੀ ਆਫ ਅਦਰਸ। ਫਿਰ ਸਿਰਫ ਐਕਸੈਪਟ ਨਹੀਂ ਕਰਾਂਗਾ, ਮੈਂ ਰਿਸਪੈਕਟ ਕਰਾਂਗਾ ਆਈਡੈਂਟੀ ਆਫ ਅਦਰਸ।
ਤੁਸੀਂ ਸਿੱਧਾ ਸਿੱਧ ਗੋਸ਼ਟ ਪੜ੍ਹੋ ਨਾ, ਜਦੋਂ ਗੁਰੂ ਨਾਨਕ ਸਿੱਧਾ ਨੂੰ ਸੰਬੋਧਨ ਹੁੰਦੇ ਨੇ ਕਿੰਨੇ ਰਿਸਪੈਕਟਫੁੱਲ ਨੇ, ਕਿਸ ਤਰ੍ਹਾਂ ਉਹਨਾਂ ਨੂੰ ਕਿਹੜਾ ਪਲੇਸ ਦਿੰਦੇ ਪਏ ਨੇ ਜਦੋਂ ਗੁਰੂ ਨਾਨਕ ਉਹਨਾਂ ਨਾਲ ਸੰਵਾਦ ਕਰਦੇ ਪਏ ਨੇ। ਤਿੰਨ ਚੀਜ਼ਾਂ ਜ਼ਰੂਰੀ ਨੇ ਪਲੂਰਲਿਜ਼ਮ ਵਾਸਤੇ, ਉਸ ਸੰਵਾਦ ਵਾਸਤੇ, ਐਕਸੈਪਟਿੰਗ ਦੀ ਆ, ਧਾਰਮਿਕ ਤੌਰ 'ਤੇ ਮੈਂ ਇਹਨੂੰ ਕਹਾਂ ਤਾਂ ਮੈਂ ਇਹ ਕਹਿ ਸਕਦਾ ਐਕਸੈਪਟਿੰਗ ਦੀ ਦੀ ਆਈਡੈਂਟੀਟੀ ਆਫ ਅਦਰ ਫੇਥਸ, ਦੂਜੇ ਫੇਥ ਦੀ ਆਈਡੈਂਟੀਟੀ ਨੂੰ ਐਕਸੈਪਟ ਕਰਨਾ। ਫਿਰ ਸਿਰਫ ਐਕਸੈਪਟ ਨਹੀਂ ਕਰਨਾ, ਰਿਸਪੈਕਟਿੰਗ ਦੀ ਆਈਡੈਂਟੀਟੀ ਆਫ ਆਫ ਅਦਰ ਫੇਥਸ, ਦੂਜੇ ਧਰਮਾਂ ਦੀ ਆਈਡੈਂਟੀਟੀ ਨੂੰ ਰਿਸਪੈਕਟ ਦੇਣਾ, ਔਰ ਸਿਰਫ ਰਿਸਪੈਕਟ ਦੇਣ ਨਾਲ ਵੀ ਕੰਮ ਨਹੀਂ ਬਣਨੀ, ਪ੍ਰੋਟੈਕਟਿੰਗ ਦੀ ਆਈਡੈਂਟੀਟੀ ਆਫ ਅਦਰ ਫੇਥ, ਦੂਜਿਆਂ ਦੇ ਫੇਥ ਦੀ ਹੈ ਆਈਡੈਂਟੀਟੀ ਨੂੰ ਪ੍ਰੋਟੈਕਟ ਕਰਨਾ। ਔਰ ਮੈਂ ਕਈ ਵਾਰ ਕਹਿੰਦਾ ਕਿ ਸਾਡੇ ਕੋਲ ਖੂਬਸੂਰਤ ਉਦਾਹਰਣ ਹੈ ਕਿਸੇ ਦੂਸਰੇ ਦੀ ਆਈਡੈਂਟੀਟੀ ਨੂੰ ਐਕਸੈਪਟ ਕਰਨਾ, ਉਹਨੂੰ ਰਿਸਪੈਕਟ ਕਰਨਾ ਔਰ ਉਹਨੂੰ ਪ੍ਰੋਟੈਕਟ ਕਰਨਾ, ਗੁਰੂ ਤੇਗ ਬਹਾਦਰ ਦੀ ਸ਼ਹਾਦਤ। ਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਜਿਹਨੇ ਉਹ ਨਹੀਂ ਪਾਉਂਦੇ, ਆਪ ਤਿਲਕ ਨਹੀਂ ਲਾਉਂਦੇ, ਪਰ ਉਹ ਐਕਸੈਪਟ ਕਰਦੇ ਨੇ ਤਿਲਕ ਔਰ ਜਨੇਊ ਦੀ ਪ੍ਰਥਾ ਨੂੰ, ਕਿ ਇਹ ਤਿਲਕ ਔਰ ਜਨੇਊ ਆਪਣੇ ਆਪ ਵਿੱਚ ਇੱਕ ਤੌਰ ਤਰੀਕਾ ਹੈ, ਇੱਕ ਤਰਜ਼ੇ ਜ਼ਿੰਦਗੀ ਹੈ, ਇੱਕ ਫੇਥ ਹੈ, ਉਸਨੂੰ ਐਕਸੈਪਟ ਕਰਦੇ ਨੇ। ਫਿਰ ਉਹਨੂੰ ਰਿਸਪੈਕਟ ਕਰਦੇ ਨੇ ਕਿ ਉਹ ਜਿਹੜਾ ਫੇਥ ਹੈ ਉਹ ਉਸਦੀ ਆਪਣਾ ਇੱਕ ਪਲੇਸ ਹੈ, ਉਸਦੀ ਆਪਣੀ ਇੱਕ ਰਿਸਪੈਕਟ ਹੈ, ਔਰ ਫਿਰ ਲੋੜ ਪੈਣ 'ਤੇ ਆਪਣੀ ਜਾਨ ਦੇ ਦਿੰਦੇ ਨੇ ਤਿਲਕ ਔਰ ਜਨੇਊ ਦੀ ਰੱਖਿਆ ਵਾਸਤੇ। ਇਹ ਜਿਹੜਾ ਪਲੂਰਲਿਜ਼ਮ ਦਾ ਬੇਸਿਕ ਸਿਧਾਂਤ ਹੈ, ਟੂ ਐਕਸੈਪਟ ਦੀ ਆਈਡੈਂਟੀਟੀ ਆਫ ਅਦਰਸ, ਟੂ ਰਿਸਪੈਕਟ ਦੀ ਆਈਡੈਂਟੀਟੀ ਆਫ ਅਦਰਸ ਐਂਡ ਟੂ ਪ੍ਰੋਟੈਕਟ ਦੀ ਆਈਡੈਂਟੀਟੀ ਆਫ ਅਦਰਸ। ਮੈਨੂੰ ਕਈ ਵਾਰੀ ਯਾਦ ਆਉਂਦਾ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਉਹਦੀ ਬੁਨਿਆਦ ਪਤਾ ਕੀ ਹੈ, ਕਈ ਲੋਕ ਕਹਿੰਦੇ ਨੇ ਵਾਲਟੇਅਰ ਨੇ ਕਿਹਾ, ਕਈ ਕਹਿੰਦੇ ਨੇ ਹਾਲ ਨੇ ਕਿਹਾ, ਪਰ ਉਹ ਲਾਈਨ ਬੜੀ ਖੂਬਸੂਰਤ ਹੈ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਜਿਹੜੀ ਬੇਸਿਸ ਹੈ, ਉਹ ਕਹਿੰਦਾ ਆਈ ਡਿਸਅਪਰੂਵ ਆਫ ਵਾਟ ਯੂ ਸੇ, ਆਈ ਡਿਸਅਪਰੂਵ ਆਫ ਵਾਟ ਯੂ ਸੇ, ਬਟ ਆਈ ਵਿਲ ਡਿਫੈਂਡ ਟੂ ਦੀ ਡੈਥ ਯੋਰ ਰਾਈਟ ਟੂ ਸੇ ਇਟ, ਪਰ ਮੈਂ ਆਪਣੇ ਆਖਰੀ ਸਵਾਸ ਤੱਕ ਆਪਣੀ ਜਾਨ ਲਾ ਦਿਆਂਗਾ ਕਿ ਤੂੰ ਉਹ ਗੱਲ ਕਹਿ ਸਕੇ ਜਿਹਦੇ ਨਾਲ ਮੈਂ ਸਹਿਮਤ ਨਹੀਂ ਹਾਂ, ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ ਹਾਂ, ਪਰ ਤੂੰ ਉਹ ਗੱਲ ਕਹਿ ਸਕੇ ਇਸ ਲਈ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗਾ, ਤੇਰੇ ਵਿਚਾਰ ਨਾ ਮਰਨ, ਤੇਰੇ ਵਿਚਾਰ ਲੋਕਾਂ ਤੱਕ ਪਹੁੰਚਣ, ਤੂੰ ਜੋ ਕਹਿਣਾ ਚਾਹੁੰਦਾ ਉਹ ਲੋਕ ਸੁਣਨ, ਇਸ ਲਈ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗਾ, ਆਪਣਾ ਸਿਰ ਧੜ ਲਾ ਦਿਆਂਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਰਕੇ ਦਿਖਾਇਆ ਹੈ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਇਹ ਗੱਲ ਕਰ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਇਹ ਜਿਹੜਾ ਪਲੂਰਲਿਜ਼ਮ ਨੂੰ ਬਚਾਉਣ ਦਾ ਇਹ ਤਰੀਕਾ ਹੈ, ਟੂ ਐਕਸੈਪਟ ਦੀ ਆਈਡੈਂਟੀਟੀ ਆਫ ਅਦਰਸ, ਟੂ ਰਿਸਪੈਕਟ ਦੀ ਆਈਡੈਂਟੀਟੀ ਆਫ ਅਦਰਸ ਐਂਡ ਟੂ ਪ੍ਰੋਟੈਕਟ ਦੀ ਆਈਡੈਂਟੀਟੀ ਆਫ ਅਦਰਸ। ਇੱਕ ਆਖਰੀ ਗੱਲ ਕਹਿ ਕੇ ਮੈਂ ਸਮਾਪਤ ਕਰ, ਇਹ ਮੈਨੂੰ ਹਰਿੰਦਰ ਨੇ ਕਿਹਾ ਹੋਇਆ ਕਿ ਤੁਸੀਂ ਦੋ ਤਿੰਨ ਵਾਰੀ ਇਹ ਗੱਲ ਕਹਿ ਕੇ ਪ੍ਰੋਲੋਂਗ ਕਰਨਾ ਹੈ। ਤਾਂ ਇੱਕ ਦੋ ਤਿੰਨ ਚਾਰ ਦਹਾਕਿਆਂ ਤੋਂ, ਪਿਛਲੇ 20-30 ਸਾਲਾਂ ਤੋਂ ਇੱਕ ਨਵਾਂ ਵਿਚਾਰ ਦੁਨੀਆ ਦੇ ਸਾਹਮਣੇ ਆ ਰਿਹਾ, ਔਰ ਉਸ ਵਿਚਾਰ ਦੀ ਸ਼ੁਰੂਆਤ ਜਿਹੜੀ ਹੈ ਕਾਫੀ ਹੱਦ ਤੱਕ ਕਿਹਾ ਜਾ ਰਿਹਾ ਕਿ ਕਲੈਸ਼ ਆਫ ਸਿਵਿਲਾਈਜੇਸ਼ਨ ਦੇ ਨਾਂ 'ਤੇ ਜਿਹੜਾ ਕੰਮ ਹੋਇਆ, ਔਰ ਜਿਹੜੀ ਹੰਟਿੰਗਟਨ ਨੇ ਜਿਹੜੀ ਕਿਤਾਬ ਲਿਖੀ ਹੈ, ਜਿਹੜਾ ਦਸਤਾਵੇਜ਼ ਤਿਆਰ ਕੀਤਾ, ਉਹ ਕਹਿੰਦਾ ਹੈ ਕਿ ਸਿਵਿਲਾਈਜੇਸ਼ਨਲ ਕਲੈਸ਼ਿਸ ਹੋਣ ਦੇ ਸੰਭਾਵਨਾ ਵੱਧ ਰਹੀ ਹੈ। ਕੁਝ ਸਮੇਂ ਤੋਂ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਾਰੀ ਦੁਨੀਆ ਵਿੱਚ ਇਹਦੇ ਬਾਰੇ ਚਰਚਾ ਹੋ ਰਹੀ ਹੈ। ਕਿਹਾ ਇਹ ਜਾ ਰਿਹਾ ਕਿ ਧਰਮ, ਸੱਭਿਆਚਾਰ, ਭਾਸ਼ਾ, ਇਹ ਐਸੇ ਮੁੱਦੇ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਹਵਾਲੇ ਨਾਲ ਲੜਾਈਆਂ ਹੋ ਸਕਦੀਆਂ ਨੇ, ਜਿਨ੍ਹਾਂ ਦੇ ਹਵਾਲੇ ਨਾਲ ਆਉਣ ਵਾਲੇ ਦੌਰ ਵਿੱਚ ਟਕਰਾਅ ਹੋ ਸਕਦੇ ਨੇ। ਸੱਚੀ ਗੱਲ ਹੈ, ਔਰ ਇਹ ਹੋ ਵੀ ਰਹੇ ਜੇ, ਬਹੁਤ ਥਾਵਾਂ 'ਤੇ ਹੋ ਰਹੇ ਨੇ। ਕਦੇ ਤੁਸੀਂ ਮਾਈਨਿਊਟਲੀ ਦੇਖੋ ਮਿਡਲ ਈਸਟ ਵਿੱਚ ਕੀ ਹੋ ਰਿਹਾ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਤੇ ਨਾ ਕਿਤੇ ਧਰਮ, ਕਿਤੇ ਨਾ ਕਿਤੇ ਸੱਭਿਆਚਾਰ, ਕਿਤੇ ਨਾ ਕਿਤੇ ਬੋਲੀ ਜਿਹੜੀ ਹੈ ਉਹਦਾ ਕਾਰਨ ਹੈ। ਰਾਜਨੀਤਿਕ ਅਤੇ ਆਰਥਿਕ ਕਾਰਨ ਵੀ ਹੋਣਗੇ, ਪਰ ਉਹਨਾਂ ਤੋਂ ਜ਼ਿਆਦਾ ਆਈਡੈਂਟੀਟੀ ਦੀ ਲੜਾਈ ਜਿਹੜੀ ਹੈ ਉਹ ਹੋ ਰਹੀ ਹੈ, ਔਰ ਉਹਦੇ ਵਧਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ। ਮੈਂ ਕਹਿਣਾ ਨਹੀਂ ਚਾਹਾਂਗਾ, ਈਵਨ ਨੌਰਥ ਈਸਟ ਸਾਡੇ ਵਿੱਚ ਸਾਰੀ ਲੜਾਈ ਸੱਭਿਆਚਾਰ ਅਤੇ ਸਾਰੀ ਲੜਾਈ ਜਿਹੜੀ ਹੈ ਉਹ ਖਾਸ ਕਿਸਮ ਦੀ ਭਾਸ਼ਾ ਔਰ ਇੱਕ ਖਾਸ ਕਿਸਮ ਦੀ ਤਰਜ਼ੇ ਜ਼ਿੰਦਗੀ ਦੇ ਹਵਾਲੇ ਨਾਲ ਉਹ ਲੜਾਈ ਚੱਲ ਰਹੀ ਹੈ, ਲੜਾਈ ਵੱਧ ਰਹੀ ਹੈ ਕਈ ਥਾਵਾਂ ਦੁਨੀਆ ਵਿੱਚ, ਅਫਰੀਕਾ 'ਚ ਬਹੁਤ ਥਾਵਾਂ 'ਤੇ ਇਸ ਕਿਸਮ ਦੀ ਲੜਾਈ ਹੋ ਰਹੀ ਹੈ।
ਔਰ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਜਿਹੜੇ ਵਿਚਾਰਕ ਨੇ ਉਹ ਕਲੈਸ਼ ਆਫ ਸਿਵਲਾਈਜੇਸ਼ਨ ਸਿਵਲਾਈਜੇਸ਼ਨ ਦਾ ਨਾਰਾ ਦੇ ਰਹੇ ਨੇ ਔਰ ਇਹਨੇ ਜਿਹੜਾ ਜਿਹੜਾ ਕਲੈ ਸਿਵਲਾਈਜੇਸ਼ਨਲ ਕਲੈਸ਼ ਦੀ ਗੱਲ ਕੀਤੀ ਹੈ ਉਹ ਕਹਿੰਦਾ ਕਿ ਕਲਚਰਲ ਐਂਡ ਰਿਲੀਜੀਅਸ ਆਈਡੈਂਟੀਟੀਜ਼ ਆਫ ਦੀ ਪੀਪਲ ਵਿਲ ਬੀ ਦੀ ਪ੍ਰਾਇਮਰੀ ਸੋਰਸ ਆਫ ਕੋਨਫਲਿਕਟ ਇਨ ਦੀ ਇਨ ਦਿਸ ਨਿਊ ਏਰਾ ਨਵੇਂ ਨਵੇਂ ਦੌਰ ਵਿੱਚ ਜਿਹੜੇ ਜਿਹੜੀਆਂ ਲੜਾਈਆਂ ਨੇ ਉਹ ਧਾਰਮਿਕ ਆਧਾਰ 'ਤੇ ਕਲਚਰ ਦੇ ਆਧਾਰ 'ਤੇ ਭਾਸ਼ਾ ਦੇ ਆਧਾਰ 'ਤੇ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਇਸ ਵਾਸਤੇ ਬੜੇ ਸੋਚਣ ਦੀ ਲੋੜ ਦੁਨੀਆ ਮੈਂ ਕਈ ਵਾਰੀ ਕਹਿੰਦਾ ਕਿ ਦੁਨੀਆ ਦੀ ਨੁਹਾਰ ਬਦਲ ਰਹੀ ਹੈ ਬੜੇ ਧਿਆਨ ਨਾਲ ਦੇਖੀਏ ਤਾਂ ਨੁਹਾਰ ਬਦਲਦੀ ਪਈ ਹੈ ਬਣਤਰ ਬਦਲਦੀ ਪਈ ਹੈ ਲੋਕਾਂ ਦੀਆਂ ਲੋਇਲਟੀਜ਼ ਜਿਹੜੀਆਂ ਨੇ ਉਹ ਹੋਰ ਤਰ੍ਹਾਂ ਡਿਫਾਈਨ ਹੋ ਰਹੀਆਂ ਨੇ ਪਹਿਲੇ ਦੇ ਮੁਕਾਬਲੇ ਹੋਂਦ ਦੀ ਵਿਆਖਿਆ ਆਪਣੀ ਹੋਂਦ ਦੀ ਵਿਆਖਿਆ ਲੋਕ ਕਰਨ ਪੈ ਗਏ ਨੇ ਮੈਂ ਕੀ ਹਾਂ ਮੈਂ ਕਿਹੜੀ ਭਾਸ਼ਾ ਮੇਰੀ ਪਰੰਪਰਾ ਕੀ ਹੈ ਮੇਰੀ ਸੱਭਿਅਤਾ ਕੀ ਹੈ ਮੇਰੀ ਮੇਰਾ ਸੱਭਿਆਚਾਰ ਕੀ ਹੈ ਜ਼ਿਆਦਾ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਲੋਕ ਵਿਰਾਸਤ ਛੱਡ ਰਹੇ ਨੇ ਉਹ ਵੀ ਹੈ ਆਪਣੀ ਆਪਣੀ ਥਾਂ 'ਤੇ ਇੱਕ ਗੱਲ ਹੈ ਪਰ ਦੂਜੇ ਪਾਸੇ ਹੋਂਦ ਦੀ ਲੜਾਈ ਆਈਡੈਂਟੀਟੀ ਦੀ ਲੜਾਈ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਮੁਲਕਾਂ ਦੀਆਂ ਲਾਮਬੰਦੀਆਂ ਮੁਲਕਾਂ ਦੀਆਂ ਬੰਦਿਆਂ ਦੀਆਂ ਤਾਂ ਹੈ ਹੀ ਨੇ ਦੇਸ਼ਾਂ ਦੀਆਂ ਸੋਵਰਨ ਕੰਟਰੀਜ਼ ਦੀਆਂ ਲਾਮਬੰਦੀਆਂ ਜਿਹੜੀਆਂ ਨੇ ਉਹ ਸਿਵਲਾਈਜੇਸ਼ਨਲ ਆਧਾਰ 'ਤੇ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਐਸੇ ਦੌਰ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇੱਕ ਲੋੜ ਹੈ ਇੱਕ ਐਸੇ ਸੋਚ ਪ੍ਰਬੰਧ ਦੀ ਇੱਕ ਐਸੇ ਫਲਸਫੇ ਦੀ ਇੱਕ ਐਸੀ ਤਰਜ਼ੇ ਜ਼ਿੰਦਗੀ ਦੀ ਐਸੇ ਸੋਚ ਪ੍ਰਬੰਧ ਦੀ ਜਿਹੜਾ ਸਾਨੂੰ ਇਸ ਟਕਰਾਅ ਤੋਂ ਬਚਾ ਸਕੇ ਇਸ ਟਕਰਾਅ ਤੋਂ ਬਚਾ ਸਕੇ ਔਰ ਇਸ ਟਕਰਾਅ ਤੋਂ ਬਚਾਉਣ ਦਾ ਜਿਹੜਾ ਸਭ ਤੋਂ ਵੱਡਾ ਜ਼ਰੀਆ ਹੈ ਉਹ ਪਲੂਰਲਿਜ਼ਮ ਹੈ ਉਹ ਸਭ ਤੋਂ ਵੱਡਾ ਫਲਸਫਾ ਜਿਹੜਾ ਹੈ ਪਲੂਰਲਿਜ਼ਮ ਦਾ ਹੈ ਸਭ ਤੋਂ ਵੱਡਾ ਪਲੂਰਲਿਜ਼ਮ ਦੀ ਵਜ਼ਾਹਤ ਕਰਨਾ ਉਸਦਾ ਸਭ ਤੋਂ ਵੱਡਾ ਬਚਾਅ ਔਰ ਉਹਦੇ ਵਿੱਚ ਡਾਇਲੋਗ ਵਿੱਚ ਰਹਿਣਾ ਵੱਖ ਵੱਖ ਧਿਰਾਂ ਵਿੱਚ ਡਾਇਲੋਗ ਅਗਰ ਚੱਲਦਾ ਰਹੇਗਾ ਤਾਂ ਬਚਾਅ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਿਆਦਾ ਹੈ ਜਦੋਂ ਸਿਵਲਾਈਜੇਸ਼ਨਲ ਕਲੈਸ਼ਿਸ ਦੀ ਗੱਲ ਹੋ ਰਹੀ ਹੈ ਹੋਂਦ ਦੀ ਲੜਾਈ ਦੀ ਗੱਲ ਹੋ ਰਹੀ ਹੈ ਉਦੋਂ ਮੈਨੂੰ ਲੱਗਦਾ ਹੈ ਕਿ ਜੇ ਪਲੂਰਲਿਜ਼ਮ ਅਸੀਂ ਬਚਾ ਸਕੀਏ ਪਲੂਰਲਿਜ਼ਮ ਨੂੰ ਮਜ਼ਬੂਤ ਕਰ ਸਕੀਏ ਉਹਦੀ ਵਜ਼ਾਹਤ ਕਰ ਸਕੀਏ ਤਾਂ ਸਭ ਤੋਂ ਵੱਡਾ ਬਚਾਅ ਉਹਦੇ ਵਿੱਚ ਹੈ ਔਰ ਪਲੂਰਲਿਜ਼ਮ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਾਸਤੇ ਜੇ ਡਾਇਲੋਗ ਦੀ ਪਰੰਪਰਾ ਨੂੰ ਹੋਰ ਵਧਾਇਆ ਜਾਵੇ ਹੋਰ ਮਜ਼ਬੂਤ ਕੀਤਾ ਜਾਵੇ ਔਰ ਡਾਇਲੋਗ ਵਿੱਚ ਰਹਿਣ ਦੀ ਆਦਤ ਪੈ ਜਾਵੇ ਤਾਂ ਸ਼ਾਇਦ ਉਸ ਕਲੈਸ਼ 'ਚੋਂ ਬਚਿਆ ਜਾ ਸਕਦਾ ਔਰ ਮੈਂ ਬਹੁਤੀ ਗੱਲ ਨਹੀਂ ਕਰਾਂਗਾ ਪਰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਕੋਲ ਉਹ ਸੋਚ ਪ੍ਰਬੰਧ ਹੈ ਐਸਾ ਸੋਚ ਪ੍ਰਬੰਧ ਹੈ ਜਿਹੜਾ ਸਾਨੂੰ ਪਲੂਰਲਿਜ਼ਮ ਨੂੰ ਮਜ਼ਬੂਤ ਕਰ ਸਕਦਾ ਔਰ ਜਿਹੜਾ ਸਾਨੂੰ ਡਾਇਲੋਗ ਦੀ ਸਿੱਖਿਆ ਦੇ ਸਕਦਾ ਕਿਸ ਤਰ੍ਹਾਂ ਡਾਇਲੋਗ ਵਿੱਚ ਰਹਿਣਾ ਉਹਦੀ ਤਰਬੀਅਤ ਦੇ ਸਕਦਾ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਬਾਕੀ ਫਿਰ ਕਦੀ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਡਾਕਟਰ ਸਾਹਿਬ ਗੁਰੂ ਗ੍ਰੰਥ ਸਾਹਿਬ ਗਾਗਰ ਮੇ ਸਾਗਰ ਦੀ ਗੱਲ ਅਲੱਗ ਅਲੱਗ ਭਾਸ਼ਾਵਾਂ ਅਲੱਗ ਅਲੱਗ ਕਲਚਰ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਬਾਰੇ ਡਾਕਟਰ ਸਾਹਿਬ ਨੇ ਕਿਹਾ ਅਤੇ ਮੈਂ ਕਹਿ ਸਕਦਾ ਕਿ ਹਰ ਵਿਅਕਤੀ ਦੀ ਹਰ ਸਮੱਸਿਆ ਦਾ ਨਿਦਾਨ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਇਸ ਨੂੰ ਅਸੀਂ ਪੀਪਲਸ ਸਕ੍ਰਿਪਚਰ ਵੀ ਕਹਿ ਸਕਦੇ ਹਾਂ ਹਰ ਜਾਤ ਦਾ ਹਰ ਵਰਗ ਦਾ ਹਰ ਭਾਸ਼ਾ ਦਾ ਇਹਦੇ ਵਿੱਚ ਸਮੋਈ ਹੋਈ ਹੈ ਇਸ ਲਈ ਇਸ ਨੂੰ ਨੈਸ਼ਨਲ ਸਕ੍ਰਿਪਚਰ ਵੀ ਕਹਿ ਸਕਦੇ ਹਾਂ ਪੂਰੀ ਹਿਊਮੈਨਿਟੀ ਦੀ ਗੱਲ ਹੈ ਪੂਰੇ ਇਟ ਬਿਲੋਂਗਸ ਟੂ ਹੋਲ ਕੋਸਮਸ ਕਹਿ ਲਵਾਂ ਤਾਂ ਇਹਨੂੰ ਕੋਸਮਸ ਦਾ ਸਕ੍ਰਿਪਚਰ ਵੀ ਕਹਿ ਸਕਦੇ ਹਾਂ ਤੋ ਡਾਕਟਰ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਅੱਜ ਦੀ ਇਹ ਗੱਲ ਕੀਤੀ ਹੈ ਮੈਂ ਡਾਕਟਰ ਸਾਹਿਬ ਤੁਹਾਡੇ ਬਹੁਤ ਰਿਣੀ ਹਾਂ ਗੁਰਮਤਿ ਕਾਲਜ ਵੱਲੋਂ ਇਸ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਕੋਰਸ ਦੀ ਇਸ ਫੈਮਿਲੀ ਵੱਲੋਂ ਆਪ ਜੀ ਦੇ ਬਹੁਤ ਬਹੁਤ ਰਿਣੀ ਹਾਂ ਕਿ ਆਪ ਇਤਨੀ ਮਸਰੂਫੀਅਤ 'ਚੋਂ ਟਾਈਮ ਕੱਢ ਕੇ ਆਪ ਜੀ ਨੇ ਸਾਨੂੰ ਜੋ ਹੈ ਇੰਨੀ ਗਾਈਡੈਂਸ ਦਿੱਤੀ ਮੈਂ ਹੁਣ ਚਾਹਾਂਗਾ ਕਿ ਇਸ ਫੈਮਿਲੀ ਵੱਲੋਂ ਇਸ ਪਰਿਵਾਰ ਵੱਲੋਂ ਡਾਕਟਰ ਸਾਹਿਬ ਨੂੰ ਥੋੜ੍ਹਾ ਓਨਰ ਕੀਤਾ ਜਾਏ